ਆਪ ਦੇ ਵਿੱਚ ਗੈਂਗਸਟਰ ਬੜੇ ਪੈਦਾ ਹੋ ਰਹੇ ਨੇ ਕੀ ਇਹਨਾਂ ਨੂੰ ਮੋੜਿਆ ਨਹੀਂ ਜਾ ਸਕਦਾ ਸੂਬੇ ਦੀ ਅਪਰੋਚ ਕੀ ਹੋਣੀ ਚਾਹੀਦੀ ਹੈ ਇਹਦੇ ਲਈ ਇਹ ਕੋਈ ਜੰਮਦੇ ਤਾਂ ਮਾਂ ਦੇ ਪੇਟ ਚੋਂ ਤਾਂ ਕ੍ਰਿਮੀਨਲ ਨਹੀਂ ਜੰਮੇ ਸੀਗੇ ਕੀ ਪੁਲਿਸ ਕ੍ਰਿਮੀਨਲ ਨੂੰ ਖਤਮ ਕਰਨਾ ਚਾਹੁੰਦੀ ਹੈ ਜਾਂ ਕ੍ਰਾਈਮ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਹੜੇ ਵੀ ਲੋਕ ਸਰੈਂਡਰ ਕਰਨ ਨੂੰ ਤਿਆਰ ਨੇ ਜਿਹੜੇ ਵੀ ਰਾਹ ਪਏ ਹੋਏ ਨੇ ਉਹ ਰਾਹ ਤੋਂ ਮੁੜਨ ਨੂੰ ਤਿਆਰ ਨੇ ਘੱਟੋ ਘੱਟ ਉਹਨਾਂ ਲਈ ਡੋਰ ਓਪਨ ਹੋਣੇ ਚਾਹੀਦੇ ਨੇ ਜਿਹੜੇ ਇਸ ਗੱਲ 'ਚ ਮੁੜੇ ਨੇ ਉਹਨਾਂ ਸਭ ਨੇ ਇਹ ਗੱਲ ਕਿਹਾ ਕਿ ਕੰਮਾਂ 'ਚ ਕੁਝ ਨਹੀਂ ਪੋਲਿਟਿਸ਼ੀਅਨ ਵਰਤਦੇ ਨੇ ਤੁਹਾਨੂੰ ਪੁਲਿਸ ਵੀ ਵਰਤ ਜਾਂਦੀ ਹੈ ਕਈ ਥਾਂ ਤੇ ਥਲੜੇ ਅਫਸਰ ਮੁਕਾਬਲਾ ਹੱਲ ਨਹੀਂ ਆ ਇਨਕਾਊਂਟਰ ਕਦੇ ਮਸਲਿਆਂ ਦਾ ਹੱਲ ਨਹੀਂ ਹੋ ਸਕਦੇ ਕਿੰਨੇ ਇਨਕਾਊਂਟਰ ਕਰੋਗੇ ਤੁਸੀਂ ਜਿਹੜੇ ਮੁੜੇ ਹੋਏ ਆ ਉਹਨਾਂ ਤੋਂ ਅਪੀਲ ਕਰਾਉਣੀ ਚਾਹੀਦੀ ਆ ਜਿਨ੍ਹਾਂ ਦੇ ਮੁੰਡੇ ਚਲੇ ਗਏ ਉਹਨਾਂ ਦੇ ਮਾਪਿਆਂ ਨੂੰ ਇੰਗੇਜ ਕਰਨਾ ਚਾਹੀਦਾ ਬਹੁਤ ਸਾਰੇ ਮੁੰਡੇ ਅਸੀਂ ਦੇਖਿਆ ਜਿਹੜੇ ਸ਼ਰੀਫ ਸੀਗੇ ਜਿਨ੍ਹਾਂ ਨਾਲ ਘਟਨਾਵੀਆਂ ਆ ਜਾਂ ਵਾਪਰਗੀਆਂ ਵਿਚਾਰਿਆਂ ਨਾਲ ਤਾਂ ਉਹ ਤਾਂ ਤੁਹਾਡੇ ਹੱਥ 'ਚ ਨਹੀਂ ਨਾ ਹੈਗੀ ਕਿਸੇ ਨਾਲ ਕੁਝ ਵੀ ਹੋ ਸਕਦਾ ਉਸਕਾਰ ਤੇ ਆਇਆ ਅਮਰਤਪਾਲ ਦਾ ਮੈਂ ਵਿਜ਼ੂਅਲ ਦੇਖ ਰਿਹਾ ਸੀ ਇਸ ਤੋਂ ਮੌਕੇ ਤੇ ਨਹੀਂ ਸੀ ਉਹ ਜੋ ਪੁਲਿਸ ਨੂੰ ਕਹਿ ਰਿਹਾ ਯਾਰ ਮੈਂ ਇੱਥੇ ਖੜਾ ਮੈਂ ਭੱਜ ਥੋੜੀ ਜਿਹਾ ਉਹ ਇੰਨੀ ਪੁਲਿਸ ਆ ਮੈਨੂੰ ਆਪਣੇ ਭਰਾ ਨੂੰ ਜੱਫੀ ਪਾ ਕੇ ਮਿਲ ਲੈਣ ਦਿਓ ਮੈਨੂੰ ਤਾਂ ਪੁਲਿਸ ਕੋਲੇ ਸਭ ਤੋਂ ਵਧੀਆ ਮੌਕਾ ਸੀ ਆਪਣੀ ਇਮੇਜ ਨੂੰ ਠੀਕ ਕਰਨ ਦਾ ਤੇ ਇਹ ਬਹੁ ਡੂੰਗੇ ਸਵਾਲ ਨੇ ਕਿ ਪੰਜਾਬ ਦੇ ਅੰਦਰ ਜਿਹੜੀ ਹਿੰਸਾ ਵਾਇਲੈਂਸ ਦਾ ਪੰਜਾਬ ਨਾਲ ਰਿਲੇਸ਼ਨ ਕੀ ਹੈ ਅੱਜ ਵੀ ਉਹਦੇ ਕਮਰੇ ਦੀ ਕੰਧ ਤੇ ਸ਼ੇਰੇ ਦੀਆਂ ਪਿਸਤੌਲ ਨਾਲ ਕਈ ਤਸਵੀਰਾਂ ਲੱਗੀਆਂ ਨੇ ਮੈਂ ਸ਼ੇਰੇ ਦੀ ਮਾਤਾ ਤੋਂ ਪੁੱਛਿਆ ਹੱਥ 'ਚ ਪਿਸਤੌਲ ਪੜੀਆਂ ਤਸਵੀਰਾਂ ਤੰਗ ਨਹੀਂ ਕਰਦੀਆਂ ਜਵਾਬ ਸੀ ਹੋਰ ਕੀ ਰਿਹਾ ਸਾਡੇ ਕੋਲੇ ਤਸਵੀਰਾਂ ਹੀ ਤਾਂ ਨੇ ਰੋਟੀ ਖਾਣ ਲੱਗੀ ਕਹਿ ਦਿੰਦੀ ਆ ਆ ਜਾ ਸ਼ੇਰੇ ਪੁੱਤ ਰੋਟੀ ਖਾਈਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਕਹਿੰਦੇ ਨੇ ਸਾਡੇ ਹੀ ਮੁੰਡੇ ਨੇ ਗਲਤ ਰਾਹ ਤੇ ਚਲੇ ਗਏ नक्सली ਖਾੜਕੂ ਜਾਂ ਗੈਂਗਸਟਰ ਕਿਉਂ ਬਣਦਾ ਇਹ ਸਵਾਲ ਦਾ ਜਵਾਬ ਸਾਨੂੰ ਸਭ ਨੂੰ ਪੰਕ ਕਰਨਾ ਚਾਹੀਦਾ ਪੰਜਾਬ ਮੁੱਢ ਤੋਂ ਹੀ ਹਿੰਸਾ ਝੰਬਿਆ ਜਾਂਦਾ ਰਿਹਾ ਹਿੰਸਾ ਇਹਦੀ ਰਗ ਰਗ ਚ ਜਾਵੜੀ ਹਿੰਸਾ ਤੋਂ ਭਜਦਾ ਹੈ ਹਿੰਸਾ ਦੇ ਜਸ਼ਨ ਚ ਵੀ ਸ਼ਾਮਲ ਹੁੰਦਾ ਹੈ ਵਾ ਹਿੰਸਾ ਚ ਵਾਰ-ਵਾਰ ਜਾਣਾ ਇਹਦੇ ਸੁਆਦ ਸੁਭਾਅ ਦਾ ਹਿੱਸਾ ਬਣ ਗਿਆ ਹਿੰਸਾ ਦਾ ਇਹ ਉਹ ਚਰਸਤਾ ਚਰਸਤਾ ਇਹ ਚਰਸਤੇ ਜ ਖੜਾ ਪਿਆ ਚਰਸਤੇ ਜੋ ਇਧਰ ਵੀ ਜਾਂਦਾ ਇਧਰ ਵੀ ਜਾਂਦਾ ਇਧਰ ਵੀ ਜਾਂਦਾ ਗਏ ਹਥਿਆਰਾਂ ਦੇ ਨਾਲ ਪੰਜਾਬ ਦਾ ਮੂੰਹ ਆ ਜਿਹੜਾ ਵਾਇਲੈਂਸ ਦੇ ਨਾਲ ਰਿਸ਼ਤਾ ਪੰਜਾਬ ਦਾ ਜਿਹੜਾ ਹਿੰਸਾ ਦੇ ਨਾਲ ਪੰਜਾਬ ਦਾ ਜੋ ਰਿਸ਼ਤਾ ਇਹਦੀ ਨਵਜ ਮੈਨੂੰ ਲੱਗਦਾ ਨਹੀਂ ਪੜੀ ਗਈ ਕਦੀ ਕਿਉਂ ਗੈਂਗਸਟਰ ਨਵੇਂ ਕਿਉਂ ਗੈਂਗਸਟਰ ਨਵੇਂ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੇ ਨੇ ਫਿਰ ਸਵਾਲ ਇਹ ਆ ਕੀ ਅਧਿਆਤਮ ਤੋਂ ਲੈ ਕੇ ਆਧੁਨਿਕਤਾ ਦੇ ਅਹਿੰਸਾ ਬਾਰੇ ਲੈਕਚਰਸ ਲੈਕਚਰ ਨੇ ਕੀ ਮਨੁੱਖ ਸਮਾਜ ਕਦੇ ਪੂਰਨ ਤੌਰ ਤੇ ਹਿੰਸਾ ਤੋਂ ਮੁਕਤ ਹੋਣਗੇ ਇਹ ਵੀ ਸਵਾਲ ਬਹੁਤ ਵੱਡਾ ਕ੍ਰਾਈਮਨਲ ਖਤਮ ਨਾ ਕਰੋ ਕ੍ਰਾਈਮ ਖਤਮ ਕਰਨ ਦੀ ਇੱਕ ਅਪਰੋਚ ਤੱਕ ਪੁਲਿਸ ਚ ਨਹੀਂ ਹੋਏਗੀ ਉਦੋਂ ਤੱਕ ਇਹ ਮਸਲੇ ਨਹੀਂ ਹੱਲ ਹੋਣਗੇ ਪੰਜਾਬ ਦੇ ਨੌਜਵਾਨ ਗੈਂਗਸਟਰ ਕਿਉਂ ਬਣ ਰਹੇ ਨੇ ਜੈਪਾਲ ਤੋਂ ਲੈ ਕੇ ਗੱਲ ਰਿੰਦੇ ਤੱਕ ਦੀ ਹੈ ਕਿ ਸਰਕਾਰਾਂ ਪੁਲਿਸ ਦੇ ਮਾਪੇ ਇਹਨਾਂ ਨੂੰ ਮੋੜ ਨਹੀਂ ਸਕਦੇ ਸੀ ਕਿੱਥੇ ਸਾਡਾ ਫੇਲਿਅਰ ਹੈ ਇਸੇ ਮੁੱਦੇ ਨੂੰ ਹੀ ਅੱਜ ਡੀਕੋਡ ਕਰਦੇ ਆ ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ ਤੇ ਗੱਲਬਾਤ ਕਰਦੇ ਆipro punjab tv ਦੇ ਸੰਪਾਦਕ ਯਾਦਵਿੰਦਰ ਸਿੰਘ ਉਹਨਾਂ ਦੇ ਨਾਲ ਤਾਂ ਯਾਦਵਿੰਦਰ ਜੀ ਪੰਜਾਬ ਦੇ ਵਿੱਚ ਗੈਂਗਸਟਰ ਬੜੇ ਪੈਦਾ ਹੋ ਰਹੇ ਨੇ ਕੀ ਇਹਨਾਂ ਨੂੰ ਮੋੜਿਆ ਨਹੀਂ ਜਾ ਸਕਦਾ ਸੂਬੇ ਦੀ ਅਪਰੋਚ ਕੀ ਹੋਣੀ ਚਾਹੀਦੀ ਹੈ ਇਹਦੇ ਲਈ ਦੇਖੋ ਇਹ ਗੱਲ ਮੈਂ ਬਾਰ ਬਾਰ ਕਹਿਣਾ ਹੁੰਨਾ ਕਿ ਕੋਈ ਜਮਦਾ ਨਾ ਕੋਈ ਟੈਰਰਿਸਟ ਹੁੰਦਾ ਨਾ ਕੋਈ ਜਮਦਾ ਨਕਸਲੀ ਹੁੰਦਾ ਨਾ ਕੋਈ ਜਮਦਾ ਖਾੜਕੂ ਹੁੰਦਾ ਤੇ ਨਾ ਹੀ ਕੋਈ ਜਮਦਾ ਕ੍ਰਿਮੀਨਲ ਹੁੰਦਾ ਇਹ ਹਾਲਾਤ ਨੇ ਬਹੁਤ ਸਾਰੇ ਜਦੋਂ ਕੋਈ ਕੋਈ ਲਹਿਰਾਂ 'ਚ ਤੁਰਦਾ ਤਾਂ ਉਹਦੇ ਲਈ ਸਮਾਜਿਕ ਆਰਥਿਕ ਤੇ ਇਤਿਹਾਸਿਕ ਹਾਲਾਤ ਹੁੰਦੇ ਨੇ ਕੁਝ ਕੁਝ ਕਾਰਨ ਹੁੰਦੇ ਨੇ ਇਤਿਹਾਸਿਕ ਹੁੰਦੇ ਨੇ ਕੁਝ ਮੌਜੂਦਾ ਹੁੰਦੇ ਨੇ ਕੁਝ ਕੋਈ ਸਰਕਮਸਟੈਂਸਸ ਬਣ ਜਾਂਦੇ ਨੇ ਜਿੰਨਾ ਕਰਕੇ ਲੋਕ ਲਹਿਰਾਂ 'ਚ ਤੁਰਦੇ ਨੇ ਜਾਂ ਲਹਿਰਾਂ ਇੱਕ ਦਾ ਇੱਕ ਥਾਟ ਹੁੰਦਾ ਉਸ ਤੋਂ ਬਾਅਦ ਗੈਂਗਸਟਰ ਫੈਨੋਮਨਾ ਜਿਹੜਾ ਪੰਜਾਬ ਚ ਉਹਦੇ ਚ ਕੋਈ ਥਾਟ ਨਹੀਂ ਹੈਗਾ ਪਰ ਇਹ ਮੁੰਡੇ ਇਧਰ ਨੂੰ ਕਿਉਂ ਤੁਰਦੇ ਨੇ ਇਹ ਕੋਈ ਜੰਮਦੇ ਤਾਂ ਮਾਂ ਦੇ ਪੇਟ ਚੋਂ ਤਾਂ ਕ੍ਰਿਮੀਨਲ ਨਹੀਂ ਜੰਮੇ ਸੀਗੇ ਪੰਜਾਬ ਦੀ ਮੁੰਡੇ ਨੇ ਔਰ ਬਹੁਤੇ ਪੜੇ ਲਿਖੇ ਨੇ ਚੰਗੇ ਸਪੋਰਟਸਮੈਨ ਰਹੇ ਨੇ ਯਾਨੀ ਇੱਕ ਦੌਰ ਦੇ ਅੰਦਰ ਉਹਨਾਂ ਦਾ ਜਿਹੜਾ ਕੈਰੇਕਟਰ ਆ ਉਹ ਬਹੁਤ ਸ਼ਾਨਦਾਰ ਰਿਹਾਗਾ ਫਿਰ ਉਸ ਤੋਂ ਬਾਅਦ ਹਾਲਾਤ ਬਣਦੇ ਗਏ ਉਹ ਸਾਰੇ ਇਧਰ ਨੂੰ ਤੁਰ ਗਏ ਕਿਉਂਕਿ ਮੈਂ ਇੱਕ ਪੂਰੀ ਦੀ ਪੂਰੀ ਸੀਰੀਜ਼ ਕੀਤੀ ਸੀ ਮਸ ਪੂਰੀ ਸੀਰੀਜ਼ ਚ ਗੈਂਗਸਟਰਾਂ ਦੇ ਮੈਂ ਮਾਪਿਆਂ ਨਾਲ ਜਾ ਕੇ ਗੱਲ ਕੀਤੀ ਸੀ ਜਿਹੜੇ ਜਾਂ ਤਾਂ ਘਰੋਂ ਭੱਜ ਗਏ ਜਿਹੜੇ ਜਾਂ ਜੇਲ੍ਹਾਂ ਚ ਨੇ ਜਿਹੜੇ ਨਹੀਂ ਰਹੇ ਤਾਂ ਉਹ ਕਹਿੰਦੇ ਸੀਗੇ ਕਿ ਸਾਡਾ ਪੁੱਤ ਤਾਂ ਸਾਰਿਆਂ ਨੇ ਕਿਹਾ ਕਿ ਹਮੇਸ਼ਾ ਵਧੀਆ ਸੀ ਉਹਨੂੰ ਬ੍ਰਿਲੀਅੰਟ ਪੁੱਤ ਬਣਾਉਣ ਦੀ ਕੋਸ਼ਿਸ਼ ਕੀਤੀ ਇੱਕ ਵਧੀਆ ਬੇਟਾ ਬਣੇ ਸਾਡਾ ਪਰ ਇੱਕ ਹਾਲਾਤ ਬਣਿਆ ਘਟਨਾਵਾਂ ਬਣੀਆਂ ਉਸ ਤੋਂ ਬਾਅਦ ਇੱਕ ਕੇਸ ਪਿਆ ਦੂਜਾ ਕੇਸ ਪਿਆ ਉਸ ਤੋਂ ਬਾਅਦ ਉਹ ਵਾਪਸ ਨਹੀਂ ਮੁੜੇ ਪਰ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਜਿਹੜੀ ਸਾਡੀ ਸੋਸਾਇਟੀ ਹੈ ਸਾਡੀ ਸਿਵਲ ਸੋਸਾਇਟੀ ਹੈ ਸਾਡੀ ਸਟੇਟ ਹੈ ਪੁਲਿਸ ਹੈ ਏ ਇਹਨੂੰ ਕਿਵੇਂ ਦੇਖਦੀਆਂ ਨੇ ਕਿ ਪੁਲਿਸ ਕ੍ਰਾਈਮਨਲ ਨੂੰ ਖਤਮ ਕਰਨਾ ਚਾਹੁੰਦੀ ਹੈ ਜਾਂ ਕ੍ਰਾਈਮ ਨੂੰ ਖਤਮ ਕਰਨਾ ਚਾਹੁੰਦੀ ਹੈ ਕ੍ਰਾਈਮ ਕਦੇ ਵੀ ਪੂਰਨ ਰੂਪ ਚ ਖਤਮ ਨਹੀਂ ਹੁੰਦਾ ਸਮਾਜ ਜਦੋਂ ਤੋਂ ਬਣਿਆ ਜਦੋਂ ਤੱਕ ਰਹੇਗਾ ਕ੍ਰਾਈਮ ਕਿਤੇ ਨਾ ਕਿਤੇ ਰਹਿੰਦੀ ਆ ਤੁਸੀਂ ਜਿੰਨੇ ਮਰਜ਼ੇ ਦੁਨੀਆ ਦੇ ਸਿਵਲਾਈਜੇਸ਼ਨ ਦੇਖ ਲਓ ਜਿੰਨੀ ਮਰਜ਼ੀ ਸਾਡੀ ਹਿਸਟਰੀ ਕੱਢ ਕੇ ਦੇਖ ਲਓ ਚਾਹੇ ਮਡੇਬਲ ਚਾਹੇ ਮਾਡਰਨ ਕ੍ਰਾਈਮ ਹੁੰਦਾ ਸੋਸਾਇਟੀ ਚ ਪਰ ਇਹ ਫੀਨੋਮੇਨੇ ਦੇ ਤੌਰ ਤੇ ਜਦੋਂ ਚੀਜ਼ਾਂ ਇਧਰ ਨੂੰ ਜਾਂਦੀਆਂ ਨੇ ਤਾਂ ਫਿਰ ਪੁਲਿਸ ਨੂੰ ਇਕੱਲਾ ਪੁਲਿਸਿੰਗ ਵਾਲਾ ਕੰਮ ਇਕਲਾ ਉਹ ਕੰਮ ਕੀ ਹਰ ਬੰਦੇ ਨੂੰ ਇੱਕ ਵਿਲਨ ਦੇ ਤੌਰ ਤੇ ਦੇਖਣਾ ਹਰ ਬੰਦੇ ਨੂੰ ਇੱਕ ਕ੍ਰਿਮੀਨਲ ਦੇ ਤੌਰ ਤੇ ਦੇਖਣਾ ਉਹਦੇ ਲਈ ਇੱਕ ਟੋਟਲ ਜਿਹੜੀ ਅਪਰੋਚ ਆ ਮੈਨੂੰ ਲੱਗਦਾ ਉਹਦੇ ਲਈ ਇਤਿਹਾਸ ਕਾਰਨਾਂ 'ਚ ਵੀ ਜਾਣਾ ਪਊਗਾ ਇਤਿਹਾਸ ਕਿਸ ਤਰ੍ਹਾਂ ਦਾ ਪੰਜਾਬ ਦਾ ਉਹਦੇ ਚੋਂ ਪੰਜਾਬ ਦੀ ਇਕਨੋਮਿਕਸ ਪੰਜਾਬ ਦੀ ਸੋਸ਼ੀਓਲੋਜੀ ਪੰਜਾਬ ਦੇ ਪੋਲੀਟਿਸ਼ੀਅਨ ਪੂਰੀ ਸਟੇਟ ਦੀ ਇੱਕ ਜਿਹੜੀ ਅਪਰੋਚ ਹੋਏਗੀ ਇੱਕ ਅਪਰੋਚ ਪੁਲਿਸ ਦੀ ਇਸ ਤਰ੍ਹਾਂ ਦੀ ਹੋਣਾ ਚਾਹੀਦਿਆ ਕਿ ਉਹਦੇ ਸਾਈਕੋਲੋਜੀਕਲ ਕਾਰਨ ਕੀ ਨੇ ਸੋਸ਼ੀਓਲੋਜੀਕਲ ਕਾਰਨ ਕੀ ਨੇ ਇਕਨੋਮਿਕਲ ਕਾਰਨ ਕੀ ਨੇ ਔਰ ਹਿਸਟੋਰੀਕਲ ਕਾਰਨ ਕੀ ਨੇ ਇਹਨਾਂ ਸਾਰੇ ਕਾਰਨਾਂ 'ਚ ਪੁਲਿਸ ਨੂੰ ਜਾਣਾ ਚਾਹੀਦਾ ਪੁਲਿਸ ਦਾ ਦਿਲ ਖੁੱਲਾ ਹੋਣਾ ਚਾਹੀਦਾ ਸਟੇਟ ਦਾ ਦਿਲ ਖੁੱਲਾ ਹੋਣਾ ਚਾਹੀਦਾ ਇਹ ਗੱਲ ਬਿਲਕੁਲ ਠੀਕ ਆ ਕਿ ਦੇਖੋ ਜਿਹੜਾ ਬੰਦਾ ਆਮ ਕ੍ਰਾਈਮ ਕਰ ਰਿਹਾ ਚਾਹੇ ਉਹ ਗੈਂਗਸਟਰ ਆ ਜਾਂ ਕੋਈ ਹੋਰ ਆ ਉਹ ਆਰਗੇਨਾਈਜ਼ ਨਹੀਂ ਹੈਗਾ ਉਸ ਰੂਪ 'ਚ ਆਰਗੇਨਾਈਜ਼ ਨਹੀਂ ਜਿਵੇਂ ਸਟੇਟ ਆ ਸਟੇਟ ਕਦੇ ਰਿਟੈਲੀਏਟ ਜੇ ਉਵੇਂ ਹੀ ਕਰੇਗੀ ਚੀਜ਼ਾਂ ਨੂੰ ਤਾਂ ਫਿਰ ਚੀਜ਼ਾਂ ਕਦੇ ਠੀਕ ਨਹੀਂ ਹੋਣਗੀਆਂ ਚੀਜ਼ਾਂ ਵਿਗੜਦੀਆਂ ਵਿਗੜਦੀਆਂ ਇੱਕ ਵਾਰ ਤੁਸੀਂ ਚੀਜ਼ਾਂ ਨੂੰ ਦਬਾ ਲਓਗੇ ਆਈਡੀਆ ਦੇ ਤੌਰ ਤੇ ਖੜੀਆਂ ਰਹਿੰਦੀਆਂ ਨੇ ਗੱਲ ਹੁੰਦੀ ਹੈ ਕਿ ਟੋਟਲ ਇਸ਼ੂ ਨੂੰ ਅਡਰੈਸ ਕਰਨਾ ਜਿਹੜਾ ਟੋਟਲ ਇਸ਼ੂ ਦੀ ਜੜ ਤੱਕ ਜਾਣਾ ਜਦੋਂ ਤੁਸੀਂ ਜੜ ਤੱਕ ਜਾਓਗੇ ਸਟੇਟ ਇਸ ਮਸਲੇ ਦੀ ਜੜ ਤੱਕ ਜਾਏਗੀ ਪੁਲਿਸ ਇਸ ਮਸਲੇ ਦੀ ਜੜ ਤੱਕ ਜਾਏਗੀ ਜੜ 'ਚ ਜਾ ਕੇ ਇੱਕ ਵੱਡੇ ਦਿਲ ਦੇ ਨਾਲ ਲੋਕਾਂ ਨੂੰ ਕਹੇਗੀ ਕਿ ਤੁਸੀਂ ਸਰੈਂਡਰ ਕਰੋ ਅਸੀਂ ਇੱਕ ਐਗਜ਼ਾਮਪਲ ਸੈੱਟ ਕਰਦੇ ਹਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਜਿਹੜੇ ਵੀ ਲੋਕ ਸਰੈਂਡਰ ਕਰਨ ਨੂੰ ਤਿਆਰ ਨੇ ਜਿਹੜੇ ਵੀ ਰਾਹ ਪਏ ਹੋਏ ਨੇ ਉਹ ਰਾਹ ਤੋਂ ਮੁੜਨ ਨੂੰ ਤਿਆਰ ਨੇ ਘੱਟੋ ਘੱਟ ਉਹਨਾਂ ਲਈ ਡੋਰ ਓਪਨ ਹੋਣੇ ਚਾਹੀਦੇ ਨੇ ਤਾਂ ਕਿ ਜਿਹੜੇ ਦੂਜੇ ਮੁੰਡੇ ਨੇ ਔਰ ਇਹਨਾਂ ਨੂੰ ਦੇਖ ਕੇ ਹੀ ਨਵੇਂ ਮੁੰਡੇ ਨੇ ਜਿਹੜੇ ਬਹੁਤ ਸਾਰੇ 17-18 ਸਾਲ ਦੇ ਮੁੰਡੇ ਆ ਜਿਨ੍ਹਾਂ ਦੀ ਸਮਝ ਨਹੀਂ ਹੁੰਦੀ ਕੋਈ ਬਹੁਤੀ ਜਿਹੜੇ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੇ ਨੇ ਬਹੁਤ ਸਾਰੇ ਲੋਕਾਂ ਨੇ ਕਿਹਾ ਜਿਹੜੇ ਇਸ ਗੱਲ 'ਚ ਮੁੜੇ ਨੇ ਉਹਨਾਂ ਸਭ ਨੇ ਇਹ ਗੱਲ ਕਿਹਾ ਕਿ ਕੰਮਾਂ 'ਚ ਕੁਝ ਨਹੀਂ ਪੋਲਿਟਿਸ਼ੀਅਨ ਵਰਤਦੇ ਨੇ ਤੁਹਾਨੂੰ ਪੁਲਿਸ ਵੀ ਵਰਤ ਜਾਂਦੀ ਹੈ ਕਈ ਥਾਂ ਤੇ ਥਲੜੇ ਅਫਸਰ ਸਾਰੀ ਪੁਲਿਸ ਨਹੀਂ ਪਰ ਪੁਲਿਸ 'ਚ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜਾ ਉਹਨਾਂ ਨੂੰ ਵਰਤਦੇ ਆ ਔਰ ਪੋਲਿਟਿਸ਼ੀਅਨ ਨੇ ਫਿਰ ਕੋਈ ਬਹੁਤ ਦਬੰਗ ਲੋਕ ਵਰਤਣਾ ਸ਼ੁਰੂ ਕਰ ਦਿੰਦੇ ਨੇ ਮੁੰਡਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਜੋ ਕਰ ਰਹੇ ਆ ਕ ਉਹਨਾਂ ਤੋਂ ਜ਼ਿਲ੍ਹਾ ਚ ਬੈਠਿਆਂ ਤੋਂ ਕਰਵਾ ਲਿਆ ਜਾਂਦਾ ਤਾਂ ਇਸ ਕਰਕੇ ਇੱਕ ਟੋਟਲ ਅਪਰੋਚ ਦਾ ਮਸਲਾ ਜਦੋਂ ਤੱਕ ਇੱਕ ਟੋਟਲ ਅੰਡਰਸਟੈਂਡਿੰਗ ਇੱਕ ਟੋਟਲ ਅਪਰੋਚ ਕੁਲਾਤਮਕ ਤੌਰ ਦੇ ਉੱਤੇ ਇਸ ਗੱਲ ਦੇ ਉੱਤੇ ਇੱਕ ਸਮਝ ਨਹੀਂ ਬਣਾਈ ਜਾਏਗੀ ਯਾਨੀ ਪੁਲਿਸ ਜਦੋਂ ਤੱਕ ਇਸ ਮਸਲੇ ਦੀ ਇੱਕ ਰਿਸਰਚ ਦੇ ਤੌਰ ਤੇ ਪੁਲਿਸ ਇਸ ਮਸਲੇ ਦੀ ਪੀ ਐਚ ਡੀ ਹੈ ਕ੍ਰਾਈਮ ਦੇ ਮਸਲੇ ਚ ਉਹਨਾਂ ਨੂੰ ਪਤਾ ਕੌਣ ਕ੍ਰਿਮੀਨਲ ਕਿਵੇਂ ਕ੍ਰਾਈਮ ਕਰ ਰਿਹਾ ਇਹਨੂੰ ਟੈਪ ਕਰੋ ਇਹਨੂੰ ਫੜੋ ਉਦਾ ਮੁਕਾਬਲਾ ਬਣਾ ਦੋ ਮੁਕਾਬਲਾ ਹੱਲ ਨਹੀਂ ਆ ਇਨਕਾਊਂਟਰ ਕਦੇ ਮਸਲਿਆਂ ਦਾ ਹੱਲ ਨਹੀਂ ਹੋ ਸਕਦੇ ਕਿੰਨੇ ਇਨਕਾਊਂਟਰ ਕਰੋਗੇ ਤੁਸੀਂ ਇਨਕਾਊਂਟਰ ਇੱਕ ਹੋ ਸਕਦਾ ਦੋ ਹੋ ਸਕਦਾ ਪੁਲਿਸ ਜਦੋਂ ਇਸ ਤਰ੍ਹਾਂ ਦਾ ਚੱਲਦਾ ਇਨਕਾਊਂਟਰ ਹੁੰਦਿਆ ਹਾਲਾਂਕਿ ਇਨਕਾਊਂਟਰ ਦੀ ਥਾਂ ਅਗਰ ਉਹ ਫੜੇ ਜਾਣ ਅਗਰ ਉਹ ਇੱਕ ਉਦਾਹਰਨ ਦੇ ਤੌਰ ਤੇ ਪੇਸ਼ ਹੋਣ ਤਾਂ ਚੀਜ਼ਾਂ ਸਹੀ ਟਰੈਕ 'ਵਲ ਜਾ ਸਕਦੀਆਂ ਨੇ ਤੇ ਇਸ ਕਰਕੇ ਜ਼ਰੂਰੀ ਇਹ ਗੱਲ ਹੈ ਕਿ ਪੁਲਿਸ ਉਹ ਸਾਰੇ ਡਿਪਾਰਟਮੈਂਟਾਂ ਦੇ ਨਾਲ ਜਾਂ ਪੁਲਿਸ ਇੱਕ ਉਸ ਤਰ੍ਹਾਂ ਦਾ ਇੱਕ ਥਿੰਕ ਟੈਂਕ ਦੇ ਵਾਂਗੂ ਮੈਂ ਕਹੂੰਗਾ ਕਿ ਜਿਵੇਂ ਥਿੰਕ ਟੈਂਕ ਹੁੰਦੇ ਨੇ ਹਨਾ ਜਿਨ੍ਹਾਂ ਦੇ ਅੰਦਰੇ ਕਨ ਵਿਸ਼ੇਸ਼ ਸੰਜ ਹੁੰਦੀਆਂ ਨੇ ਸੋਸਾਇਟੀ ਦੇ ਰਿਫਾਰਮ ਨੂੰ ਲੈ ਕੇ ਇਸ ਫਰਮ ਨੇ ਨੂੰ ਲੈ ਕੇ ਉਹਨਾਂ ਨੂੰ ਬੁੱਧੀਜੀਵੀਆਂ ਨਾਲ ਉਹ ਵੀ ਬੈਠਣਾ ਚਾਹੀਦਾ ਜਿਹੜੇ ਮੁੜੇ ਹੋਏ ਆ ਉਹਨਾਂ ਤੋਂ ਅਪੀਲ ਕਰਾਉਣੀ ਚਾਹੀਦੀ ਆ ਜਿਨ੍ਹਾਂ ਦੇ ਮੁੰਡੇ ਚਲੇ ਗਏ ਉਹਨਾਂ ਦੇ ਮਾਪਿਆਂ ਨੂੰ ਇੰਗੇਜ ਕਰਨਾ ਚਾਹੀਦਾ ਉਹਨਾਂ ਦੇ ਮਾਪਿਆਂ ਨੂੰ ਇੰਗੇਜ ਕਰਕੇ ਇੱਕ ਲਹਿਰ ਚਲਾਉਣ ਉਹਨਾਂ ਦੇ ਮਾਪੇ ਆ ਕੇ ਕਹਿਣਗੇ ਵੀ ਪੁੱਤੇ ਕੰਮਾਂ ਚ ਕੁਝ ਨਹੀਂ ਨਵੇਂ ਮੁੰਡੇ ਨਾ ਤੁਰਿਓ ਉਹਨਾਂ ਮੁੰਡਿਆਂ ਨੂੰ ਅਗਰ ਪੁਲਿਸ ਉਹਨਾਂ ਦੇ ਮਾਪਿਆਂ ਨੂੰ ਇੰਗੇਜ ਕਰੇਗੀ ਤਾਂ ਉਹ ਮੁੰਡੇ ਵੀ ਮੋੜਨੇ ਜਦੋਂ ਤੱਕ ਸਟੇਟ ਨੂੰ ਵਿਸ਼ਵਾਸ ਨਹੀਂ ਹੋਏਗਾ ਸਟੇਟ ਤੇ ਗੈਂਗਸਟਰਾਂ ਨੂੰ ਜਾਂ ਜਿਹੜੇ ਮੁੰਡੇ ਰਾ ਤੁਰਪੇ ਉਹਨਾਂ ਨੂੰ ਵਿਸ਼ਵਾਸ ਨਹੀਂ ਹੋਏਗਾ ਉਦੋਂ ਤੱਕ ਉਹ ਵਾਪਸ ਨਹੀਂ ਮੁੜਨਗੇ ਪੰਜਾਬ ਦੇ ਪੁੱਤ ਨੇ ਇਹ ਗਲਤ ਰਾ ਤੇ ਕੋਈ ਵੀ ਕ੍ਰਾਈਮ ਦੇਖੋ ਜ਼ਿੰਦਗੀ ਚ ਕਦੇ ਪਤਾ ਨਹੀਂ ਹੁੰਦਾ ਤੁਸੀਂ ਕਿਹੜੇ ਰਾ ਪੈਣਾਗਾ ਤੁਸੀਂ ਕੁਝ ਡਿਸਾਈਡ ਕਰਦੇ ਹੋ ਤੁਹਾਡੇ ਨਾਲ ਘਟਨਾ ਹੀ ਜੀ ਵਾਪਰ ਜੇ ਤੁਸੀਂ ਇਹ ਦਫਤਰ ਤੋਂ ਘਰ ਜਾ ਰਹੇ ਹੋ ਤੁਹਾਡੇ ਨਾਲ ਕੋਈ ਬਹੁਤ ਘਟਨਾ ਕੋਈ ਇਸ ਤਰ੍ਹਾਂ ਦੀਆਂ ਵਾਪਰਦੀਆਂ ਨੇ ਅਸੀਂ ਬਹੁਤ ਸਾਰੇ ਸਾਡੇ ਕਲੀਗ ਨਾਲ ਦੇਖਿਆ ਹੈਗਾ ਬਹੁਤ ਸਾਰਿਆਂ ਨਾਲ ਤਾਂ ਬੰਦਾ ਅੱਕ ਕੇ ਕੁਝ ਵੀ ਕਰ ਦਿੰਦਾ ਹੈਗਾ ਬਹੁਤ ਸਾਰੇ ਮੁੰਡੇ ਅਸੀਂ ਦੇਖਿਆ ਜਿਹੜੇ شریف ਸੀਗੇ ਜਿਨ੍ਹਾਂ ਨਾਲ ਘਟਨਾਵੀਆਂ ਆਈਆਂ ਜਾਂ ਵਾਪਰੀਆਂ ਵਿਚਾਰਿਆਂ ਨਾਲ ਤਾਂ ਉਹ ਉਹ ਤਾਂ ਤੁਹਾਡੇ ਹੱਥ 'ਚ ਨਹੀਂ ਨਾ ਹੈਗੀ ਕਿਸੇ ਨਾਲ ਕੁਝ ਵੀ ਹੋ ਸਕਦਾ ਕਿਸੇ ਨਾਲ ਵੀ ਕੁਝ ਹੋ ਸਕਦਾ ਜਦੋਂ ਘਟਨਾਵਾਵਾਂ ਵਾਪਰ ਜਾਂਦੀਆਂ ਨੇ ਜਿਹੜਾ ਸੈਂਸਿਟਿਵ ਬੰਦਾ ਹੁੰਦਾ ਉਹ ਹਮੇਸ਼ਾ ਰਿਟੈਲੀਏਟ ਕਰਦਾ ਉਹਨੂੰ ਲੱਗਦਾ ਯਾਰ ਮੈਂ ਤਾਂ ਇਸ ਕੰਮ ਲਈ ਨਹੀਂ ਸੀ ਮੇਰੇ ਨਾਲ ਧੱਕਾ ਹੋ ਗਿਆ ਫਿਰ ਉਹ ਪੁਲਿਸ ਕੋਲੇ ਜਾਂਦਾ ਪੁਲਿਸ ਕੋਲ ਇਨਸਾਫ ਨਹੀਂ ਮਿਲਦਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੀ ਖੜਕੂਬਾਦ ਦੇ ਮੂਵਮੈਂਟ 'ਚ ਵੀ ਦੇਖਿਆ ਨੇ नक्सਲ ਵੜੀ ਲਹਿਰ ਦੇ ਦੌਰ 'ਚ ਵੀ ਪੜ੍ਹੀਆਂ ਨੇ ਸਾਰੀਆਂ ਚੀਜ਼ ਔਰ ਫਿਰ ਇਹ ਸਮੱਸਲੇ ਚ ਵੀ ਅਸੀਂ ਦੇਖ ਰਹੇ ਹਾਂ ਤਾਂ ਇੱਕ ਤਾਂ ਇਨਸਾਫ ਜਦੋਂ ਕੋਈ ਆਉਂਦਾ ਉਹਦਾ ਯਕੀਨੀ ਕਿਵੇਂ ਬਣਾਇਆ ਜਾਵੇ ਜਦੋਂ ਕੋਈ ਇੱਕ ਮਸਲੇ ਜਾਂਦਾ ਉਹ ਉਹਨੂੰ ਇਹ ਯਕੀਨੀ ਬਣਾਇਆ ਜਾਵੇ ਪੁਲਿਸ ਨੂੰ ਆਪਣੀ ਜਿਹੜੀ ਟੋਟਲ ਅਪਰੋਚ ਆ ਉਹ ਬਦਲਣ ਦੀ ਲੋੜ ਆ ਪੁਲਿਸ ਦੀ ਅਪਰੋਚ ਬਦਲੇ ਇਸ ਮਸਲੇ ਚ ਇਹ ਨਹੀਂ ਕਿ ਕ੍ਰਾਈਮਨਲ ਨੂੰ ਨਹੀਂ ਫੜਨਾ ਜਿਹੜੇ ਗੜਬੜ ਕਰਦੇ ਆ ਉਹਨਾਂ ਤੇ ਕਾਰਵਾਈ ਨਹੀਂ ਕਰਨੀ ਪਰ ਇੱਕ ਅਪਰੋਚ ਟੋਟਲ ਵਦਨ ਦੀ ਲੋੜ ਆ ਤਾਂ ਕਿ ਜ਼ਿਆਦਾਤਰ ਮੁੰਡੇ ਗੱਲ ਨੂੰ ਸਮਝਣ ਜੇ ਅਸੀਂ ਕਿਸੇ ਪਾਸੇ ਧੁਰ ਵੀ ਪਏ ਅਸੀਂ ਮੁੜ ਸਕਦੇ ਹਾਂ ਜੀ ਉਹੀ ਨਾ ਕਿ ਜਿਹੜਾ ਕਾਨੂੰਨੀ ਤੌਰ ਤੇ ਹੱਲ ਉਹ ਹੋਣਾ ਚਾਹੀਦਾ ਜਿਵੇਂ ਇਨਕਾਊਂਟਰ ਹੋਇਆ ਸੀ ਜੈਪਾਲ ਦਾ ਤੇ ਜਸੀ ਖਰੜ ਦਾ ਉਹਦੇ ਵਿੱਚ ਵੀ ਸੀ ਕਿ ਉਹਨਾਂ ਨੂੰ ਫੜਿਆ ਵੀ ਜਾ ਸਕਦਾ ਸੀ ਜਿਵੇਂ ਤੁਸੀਂ ਕਿਤਾਬ ਵੀ ਲਿਖੀ ਹੈ ਕਿਹੜਾ ਪੰਜਾਬ ਉਹਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ ਹੈ ਨਾ ਸਿਰਫ ਕਿਤਾਬਾਂ ਚ ਰਹਿ ਜਾਂਦਾ ਜਾਂ ਫਿਰ ਮੈਨੂੰ ਲੱਗਦਾ ਜੇ ਮੈਂ ਕੱਲੇ ਘਟਨਾ ਦੇਖ ਰਿਹਾ ਸੀ ਮੰਨ ਲਓ ਅਮਰਤ ਭੁੱਲਰ ਹੈ ਜਿਹੜਾ ਜੈਪਾਲ ਭੁੱਲਰ ਦਾ ਭਰਾ ਉੱਥੇ ਆਇਆ ਹੋਇਆਗਾ ਪੁਲਿਸ ਨੂੰ ਪ੍ਰਸੈਪਸ਼ਨ ਤੇ ਕੰਮ ਕਰਨਾ ਚ ਕੀ ਹੈ ਕੱਲਾ ਹੀ ਨਹੀਂਗਾ ਕਿ ਲਾਅ ਕੀ ਹੈ ਲਾਅ ਕਿਹਦੇ ਲਈ ਬਣਿਆਗਾ ਪਬਲਿਕਲੀ ਬਣਿਆ ਨਾ ਲਾਅ ਕੀ ਇਸ ਲਾਅ ਲਾਅ ਲਈ ਤਾਂ ਨਹੀਂ ਬਣਿਆ ਕੋਈ ਵੀ ਚੀਜ਼ ਐਂ ਤਾਂ ਨਹੀਂ ਹੁੰਦਾ ਕਰਨੀ ਵੀ ਲਾਅ ਆ ਤੇ ਲਾਅ ਲਾਅ ਲਈ ਬਣਿਆ ਲਾਅ ਲਾਅ ਲਈ ਨਹੀਂ ਬਣਿਆ ਲਾਅ ਲੋਕਾਂ ਲਈ ਬਣਿਆ ਜੇ ਲਾਅ ਅਮੈਂਡਮੈਂਟ ਨਹੀਂ ਕਰ ਸਕਦੇ ਅਮੈਂਡਮੈਂਟਾਂ ਚਲੋ ਹੁੰਦਾ ਵੀ ਅਮੈਂਡਮੈਂਟ ਨਹੀਂ ਹੋਈ ਮੈਂ ਤਾਂ ਅਕਸਰ ਕਹਿੰਦਾ ਪੁਲਿਸ ਰਿਫਾਰਮ ਹੋਣੇ ਚਾਹੀਦੇ ਆ ਲਾਅ ਚ ਰਿਫਾਰਮ ਹੋਣੇ ਚਾਹੀਦੇ ਆ ਜੁਡੀਸ਼ੀਅਲ ਰਿਫਾਰਮ ਹੋਣੇ ਚਾਹੀਦੇ ਇਸ ਦੇਸ਼ ਦੇ ਅੰਦਰ ਅੰਗਰੇਜ਼ਾਂ ਵੇਲੇ ਦੇ ਚੱਲੇ ਆਉਂਦੇ ਨੇ ਮੰਨ ਲਓ ਤੁਸੀਂ ਰਿਫਾਰਮ ਲਾਅ ਨਹੀਂ ਕਰ ਸਕਦੇ ਤੁਸੀਂ ਆਪਣੇ ਐਟੀ ਰੀਫਾਰਮ ਕਰ ਸਕਦੇ ਹੋ ਨਾ ਜਿਹੜਾ ਤੁਹਾਡਾ ਉਹ ਐਟੀਟਿਊਡ ਆ ਜਿਹੜਾ ਪਬਲਿਕ opinion ਕੀ ਹੈ ਪਬਲਿਕ ਪਰਸੈਪਸ਼ਨ ਕੀ ਹੈ ਕਿਉਂ ਇਹਨਾਂ ਨੂੰ ਮੁੰਡੇ ਜਿਹੜੇ ਨਵੇਂ ਮੁੰਡੇ ਇਹਨਾਂ ਸੈਲੀਬ੍ਰੇਟ ਕਰਦੇ ਨੇ ਜਿਵੇਂ ਕੱਲ ਦੀ ਗੱਲ ਮੈਂ ਦੱਸਦਾ ਤੁਹਾਨੂੰ ਜਦੋਂ ਸਸਕਾਰ ਤੇ ਆਇਆ ਅਮਰਤਪਾਲ ਦਾ ਮੈਂ ਵਿਜ਼ੂਅਲ ਦੇਖ ਰਿਹਾ ਸੀ ਇਸ ਤੋਂ ਮੌਕੇ ਤੇ ਨਹੀਂ ਸੀ ਉਹ ਜੋ ਪੁਲਿਸ ਨੂੰ ਕਹਿ ਰਿਹਾ ਯਾਰ ਮੈਂ ਇੱਥੇ ਖੜਾ ਮੈਂ ਭੱਜ ਥੋੜੀ ਜਿਹਾ ਉਹ ਇੰਨੀ ਪੁਲਿਸਾਂ ਮੈਨੂੰ ਆਪਦੇ ਭਰਾ ਨੂੰ ਜੱਫੀ ਪਾ ਕੇ ਮਿਲ ਲੈਣ ਦਿਓ ਮੈਨੂੰ ਹਾਂ ਤੁਸੀਂ ਮੇਰੀ ਹੱਥਕੜ ਤੁਸੀਂ ਮੈਨੂੰ ਥੋੜਾ ਜਿਹਾ ਖੁੱਲਾ ਇੱਥੇ ਤਾਂ ਇਹ ਜਿਹਾ ਮੌਕਾ ਮੈਨੂੰ ਛੱਡ ਦਿ ਪੁਲਿਸ ਦੀ ਇਮੇਜ ਠੀਕ ਹੋਣੀ ਉਸ ਗੱਲ ਨਾਲ ਕਿ ਯਾਰ ਪੁਲਿਸ ਵਾਲੇ ਵੀ ਬੰਦੀ ਹੁੰਦੇ ਨੇ ਪੁਲਿਸ ਵਾਲੇ ਵੀ ਇਹ ਨਹੀਂਗਾ ਇਮੇਜ ਬਣਾਉਣ ਦੇ ਲਈ ਤੁਹਾਨੂੰ ਪ੍ਰਚਾਰ ਕਰਨਾ ਜਿਹੜਾ ਮੀਡੀਆ ਚ ਪ੍ਰਚਾਰ ਕਰਦੇ ਹੋ ਜਾਂ ਐਡ ਦੇ ਨਿਓ ਇਸ਼ਤਿਹਾਰ ਦੇਣ ਉਹਦੀ ਲੋੜ ਨਹੀਂ ਹੁੰਦੀ ਇਮੇਜ ਬਣਾਉਣ ਦੇ ਲਈ ਮੌਕੇ ਹੁੰਦੇ ਨੇ ਉਹ ਮੌਕਿਆਂ ਦੇ ਉੱਤੇ ਤੁਹਾਨੂੰ ਆਪਣੀ ਇਮੇਜ ਬਿਲਡ ਕਰਨੀ ਚਾਹੀਦੀ ਹੈ ਪੁਲਿਸ ਨੂੰ ਚਾਹੀਦਾ ਸੀ ਉਹਨੂੰ ਮਿਲਣ ਦੇ ਇੱਕ ਉਹਨਾਂ ਦੇ ਘਰ ਦਾ ਜੀ ਚਲਾ ਗਿਆ ਉਹਨਾਂ ਲਈ ਤਾਂ ਉਹੀ ਹੈ ਨਾ ਤੁਹਾਡੇ ਲਈ ਉਹ ਗੈਂਗਸਟਰ ਸੀਗਾ ਉਹਨਾਂ ਲਈ ਤਾਂ ਉਹਦਾ ਉਹਨਾਂ ਦਾ ਪੁੱਤ ਆ ਉਹਨਾਂ ਦਾ ਭਰਾ ਆਗਾ ਉਹੇ ਜੇ ਮੌਕੇ ਤੇ ਤੁਹਾਨੂੰ ਖੁੱਲ੍ਹ ਦਿਲੀ ਦਿਖਾਉਣੀ ਚਾਹੀਦੀ ਸੀ ਮਿਊਜ਼ੀਕਲ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਕਿਹੜਾ ਪੰਜਾਬ ਜਦੋਂ ਮੈਂ ਕਿਤਾਬ ਲਿਖੀ ਹੈ ਮੇਰੇ ਹੱਥ 'ਚ ਹੀ ਹੈ ਕਿਤਾਬ ਤੇ ਉਦੋਂ ਮੈਂ ਬਹੁਤ ਸਾਰੇ ਘਰਾਂ 'ਚ ਗਿਆਗਾ ਉਦੋਂ ਅਸੀਂ ਜਾ ਕੇ ਦੇਖਿਆ ਕਿ ਉਹ ਕੀ ਸੋਚਦੇ ਸੀਗੇ ਮਾਪਿਆਂ ਨੇ ਸਾਰਿਆਂ ਨੇ ਮਸ਼ੇਰਾ ਕੋਬਨ ਵੱਡੇ ਵੱਡੇ ਜਿਹਨੇ ਗੈਂਗਸਟਰ ਨੇ ਇਹਨਾਂ ਦੇ ਮਾਪਿਆਂ ਨਾਲ ਜਾ ਕੇ ਗੱਲਾਂ ਕੀਤੀਆਂ ਤੇ ਮੈਂ ਉਸ ਕਿਤਾਬ 'ਚੋਂ ਕੁਝ ਜਿਹੜੀ ਚੀਜ਼ ਤੁਹਾਨੂੰ ਜ਼ਰੂਰ ਪੜ੍ਹ ਕੇ ਸੁਣਾਉਣਾਗਾ ਕਿ ਕਿਵੇਂ ਮਤਲਬ ਕੰਮ ਕਿਵੇਂ ਕਰਦਾ ਨਾ ਮੈਂ ਇਹਦੀ ਸ਼ੁਰੂਆਤ ਇਸ ਪੀਸ ਦੀ ਸੀਗੀ ਕਿਉਂਕਿ ਖੜਕੂ ਬਾਦ ਜਦੋਂ ਖਤਮ ਹੁੰਦਾ ਪੰਜਾਬ ਦੇ ਅੰਦਰ ਖੜਕੂ ਲਹਿਰ ਉਸ ਤੋਂ ਬਾਅਦ ਇਹ ਗੈਂਗਸਟਰ ਫਾਰਮ ਨਾਲ ਪੈਦਾ ਹੁੰਦਾ ਤੇ ਬਹੁਤ ਡੂੰਘੇ ਸਵਾਲ ਨੇ ਕਿ ਪੰਜਾਬ ਦੇ ਅੰਦਰ ਜਿਹੜੀ ਹਿੰਸਾ ਵਾਇਲੈਂਸ ਦਾ ਪੰਜਾਬ ਨਾਲ ਰਿਲੇਸ਼ਨ ਕੀ ਹੈ ਵਾਇਲੈਂਸ ਦਾ ਪੰਜਾਬ ਨਾਲ ਕਿਉਂਕਿ ਧਾੜਵੀ ਆਉਂਦੇ ਸੀ ਪੰਜਾਬ 'ਚ ਉਹ ਧਾੜਵੀਆਂ ਨੂੰ ਰੋਕਣ ਦੇ ਲਈ ਪੰਜਾਬੀ ਜਿਹੜੀ ਜਿਹਾਰੂ ਕੌਮ ਕਹੀ ਜਾਂਦੀ ਹੈ ਉੱਥੇ ਹੀ ਬਣਦੀ ਆ ਲੜਨ ਮਰਨ ਵਾਲੀ ਕੌਮ ਆ ਉਹਨਾਂ ਇਸ ਦੇਸ਼ ਦੇ ਸਾਰੇ ਹਮਲਿਆਂ ਨੂੰ ਕਿੰਨਾ ਨੇ ਰੋਕਿਆ ਇਸ ਦੇਸ਼ ਦੇ ਹਮਲਿਆਂ ਹੋਣ ਵਾਲੇ ਹਮਲਿਆਂ ਤੇ ਸਭ ਤੋਂ ਪਹਿਲਾਂ ਦੁਸ਼ਮਨਾ ਮੂਰੇ ਖੜਾ ਕੌਣ ਹੁੰਦਾ ਸੀਗਾ ਪੰਜਾਬੀ ਪੰਜਾਬੀ ਖੜੇ ਹੁੰਦੇ ਸੀਗੇ ਤਾਂ ਉਹ ਕਿਤੇ ਨਾ ਕਿਤੇ ਜਦੋਂ ਤੁਸੀਂ ਇੱਕ ਲੰਮੀ ਪ੍ਰੈਕਟਿਸ ਵਾਇਲੈਂਸ ਦੀ ਚ ਰਹੇ ਨੇ ਹੋ ਜਿਵੇਂ ਗੱਲ ਕਹੀ ਜਾਂਦੀ ਹੈ ਕਿ ਚੀਨ ਦੇ ਅੰਦਰ ਜਦੋਂ ਰੈਵੋਲੂਸ਼ਨ ਹੋਇਆ ਤਾਂ ਉੱਥੇ ਰੈਵੋਲੂਸ਼ਨ ਤੋਂ ਬਾਅਦ ਵਾਇਲੈਂਸ ਬਹੁਤ ਹੋਇਆ ਕਿਸੇ ਵੀ ਸਾਇਟੀ ਜਦੋਂ ਰੈਵੋਲੂਸ਼ਨ ਹੁੰਦੇ ਨੇ ਕੋਈ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਵਾਇਲੈਂਸ ਵੱਧ ਜਾਂਦਾ ਤੇ ਵਾਇਲੈਂਸ ਕਿਉਂ ਵਧਿਆ ਕਿਉਂਕਿ ਆਦਤ ਪੈ ਗਈ ਸੀ ਲੋਕਾਂ ਨੂੰ ਉਦੋਂ ਪੂਰੀ ਇੱਕ ਮੂਵਮੈਂਟ ਚੱਲ ਰਹੀ ਸਾਰਿਆਂ ਬੰਦਿਆਂ ਕੋਲ ਹਥਿਆਰ ਸੀ ਕਹਿੰਦੇ ਉੱਥੇ ਬਾਅਦ ਚੋ ਘਰਾਂ 'ਚ ਵੀ ਲੜਾਈਆਂ ਹੋ ਜਾਂਦੀਆਂ ਸੀ ਹਸਬੰਡ ਵਾਈਫ ਦੀ ਬੰਦੇ ਗੋਲੀ ਚਲਾਉਂਦੇ ਸੀਗੇ ਯਾਨੀ ਕਿਉਂਕਿ ਹਥਿਆਰ ਇੰਨੇ ਸੀਗੇ ਕਿਉਂਕਿ ਇੱਕ ਵਾਇਲੈਂਸ ਤੋਂ ਨਿਕਲ ਕੇ ਆਈ ਸਾਇਟੀ ਤਾਂ ਉਹ ਪੰਜਾਬ ਨਾਲ ਸਾਈਕੋਲੋਜੀਕਲੀ ਯਾਨੀ ਮਨੋਵਿਗਿਆਨਕ ਤੌਰ ਤੇ ਸਮਾਜਿਕ ਤੌਰ ਤੇ ਔਰ ਇੱਕ ਟੋਟਲ ਅਪਰੋਚ ਦੇ ਤੌਰ ਤੇ ਅੰਗੇਜ ਕਰਨ ਦੀ ਲੋੜ ਆ ਗਈ ਪੁਲਿਸ ਨੂੰ ਸਟੇਟ ਨੂੰ ਤੇ ਮੈਂ ਮੈਂ ਇਹ ਪੀਸ ਲਿਖਿਆ ਜਿਹੜਾ ਇਹ ਆਰਟੀਕਲ ਲਿਖਿਆ ਸੀਗਾ ਇਸ ਦੇ ਅੰਦਰ ਇਹਦਾ ਹੈਡਿੰਗ ਇਸ ਸੀ ਖਾੜਕੂਆਂ ਵਰਗੇ ਗੈਂਗਸਟਰ ਤੇ ਗੈਂਗਸਟਰਾਂ ਵਰਗੇ ਖਾੜਕੂ ਮਤਲਬ ਇਹਦਾ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਉਹਨਾਂ ਦੀ ਵਿਚਾਰਧਾਰਾ ਇੱਕਾ ਖਾੜਕੂ ਇੱਕ ਵੱਖਰੀ ਲਹਿਰ ਸੀ ਗੈਂਗਸਟਰ ਇੱਕ ਵੱਖਰਾ ਫੈਨੋਮਨਾ ਨੇ ਪਰ ਉਹ ਚਾਹੀ ਸੀ ਕੁਝ ਲੋਕ ਜਿਵੇਂ ਰੰਦਾ ਕਹਿ ਰਿਹਾ ਉਹ ਸਾਰੀਆਂ ਗੱਲਾਂ ਨੂੰ ਜੋੜ ਵੀ ਰਹੇ ਨੇ ਤਮੇ ਇਚਲੀਖਿਆ ਪਿੰਡ ਖੁੱਬਣ ਸਾਲ 2016 ਸਿਆਲਾਂ ਦੇ ਦਿਨ ਸਵੇਰ ਦੇ 9 ਵਜੇ ਨੇ ਮੈਂ ਪਿੰਡ ਚੋਂ ਪਤਾ ਪੁੱਛਦਾ ਪੁੱਛਦਾ ਗੁਰ ਸ਼ਹੀਦ ਸਿੰਘ ਦੇ ਘਰ ਪੁੱਛਦਾ ਲੋਕ ਡਰਦੇ ਡਰਦੇ ਪਤਾ ਦੱਸਦੇ ਨੇ ਇਹ ਗੈਂਗਸਟਰ ਸ਼ੇਰੇ ਦਾ ਪਿੰਡ ਖੁੱਬਣ ਹੈ ਪਿਤਾ ਜਰਨੈਲ ਤੇ ਮਾਤਾ ਤਾਜਪ੍ਰੀਤ ਕੌਰ ਦੋਵੇਂ ਅਮਰਤਾਰੀ ਨੇ ਸ਼ੇਰੀ ਦੀ ਮੌਤ 2012 ਚ ਕਥਿਤ ਪੁਲਿਸ ਮੁਕਾਬਲੇ ਚ ਹੋਈ ਸੀ ਅੱਜ ਵੀ ਉਹਦੇ ਕਮਰੇ ਦੀ ਕੰਧ ਤੇ ਸ਼ੇਰੇ ਦੀਆਂ ਪਿਸਤੌਲ ਨਾਲ ਕਈ ਤਸਵੀਰਾਂ ਲੱਗੀਆਂ ਨੇ ਮੈਂ ਸ਼ੇਰੇ ਦੀ ਮਾਤਾ ਤੋਂ ਪੁੱਛਿਆ ਹੱਥ 'ਚ ਪਿਸਤੌਲ ਫੜੀਆਂ ਤਸਵੀਰਾਂ ਤੰਗ ਨਹੀਂ ਕਰਦੀਆਂ ਜਵਾਬ ਸੀ ਹੋਰ ਕੀ ਰਿਹਾ ਸਾਡੇ ਕੋਲੇ ਤਸਵੀਰਾਂ ਹੀ ਤਾਂ ਨੇ ਰੋਟੀ ਖਾਣ ਲੱਗੀ ਕਹਿ ਦਿੰਦੀ ਆ ਆ ਜਾ ਸ਼ੇਰੇ ਪੁੱਤ ਰੋਟੀ ਖਾਈ ਜੀ ਉਹੀ ਮਾਤਾਲੇ ਤਾਂ ਪੁੱਤ ਹੀ ਰਹਿਣ ਇਹ ਪੰਜਾਬ ਦੀ ਤਰਸਦੀ ਹੈਗੀ ਉਹਨਾਂ ਲਈ ਤਾਂ ਉਹਨਾਂ ਦਾ ਪੁੱਤ ਆ ਨਾ ਤਾਂ ਮੈਂ ਸਾਰਾ ਤੇ ਤੇ ਲੰਬਾ ਆਰਟੀਕਲ ਆ ਮੈਂ ਇਹਦੇ 'ਚ ਜਿਹੜੀਆਂ ਐਂਡ 'ਚ ਵੀ ਜਿਹੜਾ ਇਹਨੂੰ ਮੈਂ ਕਨਕਲੂਡ ਕੀਤਾ ਸੀਗਾ ਤਾਂ ਐਂਡ 'ਚ ਮੈਂ ਕਨਕਲੂਡ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਕਹਿੰਦੇ ਨੇ ਸਾਡੇ ਹੀ ਮੁੰਡੇ ਨੇ ਗਲਤ ਰਾਹ ਤੇ ਚਲੇ ਗਏ ਇਹ ਕੈਪਟਨ ਮਿੰਦਰ ਸਿੰਘ ਦੀ ਸਟੇਟਮੈਂਟ ਆ ਇਹਨਾਂ ਨੂੰ ਵਾਪਸ ਲਿਆਵਾਂਗੇ ਨਾਲ ਹੀ ਪੁਲਿਸ ਦੇ ਸੱਚੇ ਝੂਠੇ ਮੁਕਾਬਲੇ ਜਾਰੀ ਨੇ ਨਕਸਲੀਆਂ ਅਤੇ ਖਾੜਕੂਆਂ ਬਾਰੇ ਵੀ ਗਲਤ راہ ਪੈਣ ਦੀ ਗੱਲ ਵੱਖ-ਵੱਖ ਸੰਦਰਭ ਵਿੱਚ ਕਹੀ ਜਾਂਦੀ ਰਹੀ ਉਦੋਂ ਵੀ ਪੁਲਿਸ ਮੁਕਾਬਲੇ ਜਾਰੀ ਰਹੇ ਕੀ ਮੁਕਾਬਲੇ ਮਸਲੇ ਦਾ ਹੱਲ ਨੇ ਕੋਈ ਇੱਥੋਂ ਤੱਕ ਕਿਉਂ ਪੁੱਜਦਾ ਤੇ ਕੋਈ ਨਕਸਲੀ ਖਾੜਕੂ ਜਾਂ ਗੈਂਗਸਟਰ ਕਿਉਂ ਬਣਦਾ ਇਹ ਸਵਾਲ ਦਾ ਜਵਾਬ ਸਾਨੂੰ ਸਭ ਨੂੰ ਤੰਗ ਕਰਨਾ ਚਾਹੀਦਾ ਇਹ ਸਵਾਲ ਸਾਨੂੰ ਸਭ ਨੂੰ ਤੰਗ ਕਰਨਾ ਚਾਹੀਦਾ ਇਹ ਜਵਾਬ ਲੱਭਣਾ ਜ਼ਰੂਰੀ ਹੈ ਕੋਈ ਜਮਦਾ ਤਾਂ ਮੁਜਰਮ ਨਹੀਂ ਹੁੰਦਾ ਹਾਲਾਤ ਹੀ ਸਮਾਜ ਤੇ ਬੰਦੇ ਨੂੰ ਲਹਿਰਾਂ ਜਾਂ ਜ਼ੁਰਮ ਦੀ ਦੁਨੀਆ ਵੱਲ ਲੈ ਜਾਂਦੇ ਨੇ ਪਰ ਕੀ ਹਿੰਸਾ ਕਿਸੇ ਦੀ ਚੋਣ ਹੋ ਸਕਦੀ ਹੈ ਮੈਂ ਸਵਾਲਾਂ ਦੇ ਰੂਪ ਚ ਸਾਰੀਆਂ ਗੱਲਾਂ ਕੀਤੀਆਂ ਨੇ ਮੇਰੇ ਮੇਰੀ ਲਿਖਣ ਦੀ ਕੋਹਾਗੀ ਕੀ ਹਾਂ ਬਹੁਤ ਸਾਰੇ ਸਵਾਲਾਂ ਦੇ ਮੇਰੇ ਕੋਲ ਵੀ ਜਵਾਬ ਨਹੀਂ ਹੋਣਗੇ ਪਰ ਮੇਰੇ ਕੋਲ ਸਵਾਲ ਨੇ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਸਾਡੇ ਕੋਲ ਸਵਾਲ ਖਤਮ ਹੋ ਗਏ ਨੇ ਜੇ ਸਾਡੇ ਕੋਲ ਸਵਾਲ ਹੋਣਗੇ ਜਵਾਬ ਮਿਲ ਜਾਣਗੇ ਅਸੀਂ ਹਰ ਚੀਜ਼ ਦਾ ਜਵਾਬ ਲੱਭਣ ਨੂੰ ਤਾਂ ਫਿਰਦੇ ਆਂ ਸਵਾਲ ਸਾਡੇ ਕੋਲ ਹੈ ਨਹੀਂ ਪਹਿਲਾਂ ਸਾਨੂੰ ਸਵਾਲ ਕਰਨੇ ਪੈਣਗੇ ਨਿੱਠ ਕੇ ਆਪਦੇ ਆਪ ਨੂੰ ਫਿਰ ਸਾਡੇ ਕੋਲ ਜਵਾਬ ਹੋਣਗੇ ਤਾਂ ਮੈਂ ਕਿਹਾ ਕਿ ਪਰ ਕੀ ਹਿੰਸਾ ਕਿਸੇ ਦੀ ਚੋਣ ਹੋ ਸਕਦੀ ਹੈ ਯਾਨੀ ਚੁਆਇਸ ਹੋ ਸਕਦੀ ਹੈ ਹਿੰਸਾ ਕਿ ਤੁਹਾਡੀ ਹਿੰਸਾ ਚੁਆਇਸ ਹੋ ਸਕਦੀ ਹੈ ਮੈਂ ਹਿੰਸਾ ਕਰਾਂ ਮੇਰੇ ਕੋਲ ਪਿਸਤੌਲ ਆ ਗਿਆ ਜਾਂ ਮੈਂ ਗਨ ਲੈ ਲਾਂ ਮੈਂ ਕਿ ਹਿੰਸਾ ਕਿਸੇ ਦੀ ਚੋਣ ਹੋ ਸਕਦੀ ਹੈ ਕਿਹਾ ਤਾਂ ਇਹ ਜਾਂਦਾ ਕਿ ਹਮੇਸ਼ਾ ਹਿੰਸਾ ਵਾਲ ਥੱਕਿਆ ਮਨੁੱਖ ਹੀ ਹਿੰਸਾ ਵੱਲ ਜਾਂਦਾ ਯਾਨੀ ਹਿੰਸਾ ਵੱਲ ਥੱਕ ਦਿੱਤਾ ਜਾਂਦਾ ਉਹ ਸਮਾਜ ਥੱਕ ਦਿੰਦਾ ਹਾਲਾਤ ਥੱਕ ਦਿੰਦੇ ਨੇ ਪੰਜਾਬ ਮੁੱਢ ਤੋਂ ਹੀ ਹਿੰਸਾ ਵਿੱਚ ਝੰਬਿਆ ਜਾਂਦਾ ਰਿਹਾ ਇਹ ਉਹ ਦੌਰ ਆ ਜਿਹੜੀ ਮੈਂ ਗੱਲ ਕਰ ਰਿਹਾ ਕਿ ਪੰਜਾਬ ਕਿਵੇਂ ਹਿੰਸਾ ਪੰਜਾਬ ਤੇ ਬਹੁਤ ਹੋਈ ਕਦੇ ਬਦਾਲੀ ਆ ਗਿਆ ਕਦੇ ਕੋਈ ਆ ਗਿਆ ਉਹ ਹਿੰਸਾ ਵਾਇਲੈਂਸ ਨਾਲ ਰਿਲੇਸ਼ਨ ਆ ਜਿਹੜਾ ਪੰਜਾਬ ਦਾ ਨਾ ਇਹਨੂੰ ਅੰਡਰਸਟੈਂਡ ਕਰਨ ਦੀ ਲੋੜ ਆ ਜੋ ਤੱਕ ਅਸੀਂ ਹਿੰਸਾ ਦਾ ਪੰਜਾਬ ਨਾਲ ਹਿਸਟੋਰੀਕਲ ਰਿਸ਼ਤਾ ਕੀ ਹੈਗਾ ਉਹ ਕਿਵੇਂ ਉਹਨਾਂ ਤੇ ਥੋਪੀ ਜਾਂਦੀ ਰਹੀ ਉਹ ਚਾਹੁੰਦੇ ਨਹੀਂ ਸੀ ਉਹਨਾਂ ਦੀ ਚੁਆਇਸ ਨਹੀਂ ਸੀ ਆ ਜਾਂਦਾ ਸੀ ਕੋਈ ਹਥਿਆਰ ਲੈ ਕੇ ਆ ਜਾਂਦਾ ਸੀ ਕੋਈ ਕੁੱਟਣ ਕੀ ਕਰਨ ਫਿਰ ਲੜਦੇ ਸੀ ਰਿਐਕਟ ਕਰਦੇ ਸੀ ਰਿਟੈਲੀਟੇਟ ਕਰਦੇ ਸੀ ਇਹ ਹਿਸਟਰੀ ਆ ਪੰਜਾਬ ਦੀ ਸਾਰੇ ਭਾਈਚਾਰੇ Hindu Muslim Sikh ਸਾਰੇ ਰਲ ਮਿਲ ਕੇ ਧਾੜਵੀਆਂ ਦਾ ਜਵਾਬ ਦਿੰਦੇ ਰਹੇ ਨੇ ਔਰ ਇਸ ਦੇਸ਼ ਨੂੰ ਹਮਲਿਆਂ ਤੋਂ ਬਚਾਉਣ ਵਾਲੇ ਲੋਕ ਪੰਜਾਬੀ ਨੇ ਤਾਂ ਮੈਂ ਲਿਖਦਾ ਕਿ ਪੰਜਾਬ ਮੁੱਢ ਤੋਂ ਹੀ ਹਿੰਸਾ 'ਚ ਝੰਬਿਆ ਜਾਂਦਾ ਰਿਹਾ ਹੈ ਹਿੰਸਾ ਇਹਦੀ ਰਗ ਰਗ 'ਚ ਜਾਵੜੀ ਰਗ ਰਗ 'ਚ ਹਿੰਸਾ ਜਾਵੜੀ ਇਹ ਗੱਲ ਬਹੁਤ ਡੂੰਗੀ ਹੈਗੀ ਇਹ ਇੱਕੋ ਲਾਈਨ ਦੇ ਉੱਤੇ ਮੈਂ ਇੱਕ ਆਰਟੀਕਲ ਹੋਰ ਲਿਖ ਸਕਦਾ ਮੇਰੀ ਆਦਤ ਹੈ ਜਦੋਂ ਮੈਂ ਇੱਕ ਵੀ ਲਾਈਨ ਲਿਖਦਾ ਤਾਂ ਮੇਰੇ ਉਹ ਮੈਂ ਉਸ ਲਾਈਨ ਨਾਲ ਖੋਜ ਲਦਾਗਾ ਇਹ ਲਾਈਨ ਦੇ ਉੱਤੇ ਪੂਰਾ ਇੱਕ 1500 ਵਰਡ ਮੈਂ ਹੋਰ ਲਿਖ ਸਕਦਾਗਾ ਪੰਜਾਬ ਮੁੱਢ ਤੋਂ ਹੀ ਹਿੰਸਾ ਝੰਬਿਆ ਜਾਂਦਾ ਰਿਹਾ ਹਿੰਸਾ ਇਹਦੀ ਰਗ ਰਗ ਚ ਜਾਬੜੀ ਹਿੰਸਾ ਤੋਂ ਭੱਜਦਾ ਹੈ ਹਿੰਸਾ ਦੇ ਜਸ਼ਨ ਚ ਵੀ ਸ਼ਾਮਿਲ ਹੁੰਦਾ ਰਿਹਾ ਇਹ ਹਿੰਸਾ ਤੋਂ ਭੱਜਦਾ ਵੀ ਰਿਹਾਗਾ ਪਰ ਹਿੰਸਾ ਦੇ ਜਸ਼ਨ ਚ ਵੀ ਸ਼ਾਮਿਲ ਹੋਣ ਲੱਗ ਗਿਆ ਇਹ ਬਹੁਤ ਮਤਲਬ ਮੈਨੂੰ ਲੱਗਦਾ ਕਿ ਮੈਂ ਬਹੁਤ ਨਿੱਠ ਕੇ ਬਹੁਤ ਜਦੋਂ ਮੈਂ ਲਿਖਦਾ ਇਹਨੂੰ ਮੈਨੂੰ ਲੱਗਦਾ ਐਂ ਗੱਲ ਕਿ ਮੇਰੀ ਪਰਸਪੈਕਸ਼ਨ ਹੋ ਸਕਦਾ ਮੈਂ ਗਲਤ ਹੋਵਾਂ ਮੈਂ ਹਿੰਸਾ ਬਾਰੇ ਪੰਜਾਬ ਦੇ ਨਾਲ ਜਿਹੜਾ ਹਿੰਸਾ ਦਾ ਰਿਲੇਸ਼ਨ ਆ ਵਾਇਲੈਂਸ ਦਾ ਰਿਲੇਸ਼ਨ ਹੈ ਸੋਚਦਾ ਹਿੰਸਾ ਦੀ ਰਗ ਰਗ ਚ ਵੀ ਜਾ ਬੜੀ ਹਿੰਸਾ ਤੋਂ ਭਜਦਾ ਹੈ ਹਿੰਸਾ ਦੇ ਜਸ਼ਨ ਚ ਵੀ ਸ਼ਾਮਲ ਹੁੰਦਾ ਰਿਹਾ ਹੈ ਸਮੇਂ-ਸਮੇਂ ਤੇ ਹਿੰਸਾ ਇਹਨੂੰ ਮੁਕਤੀ ਵੀ ਲੱਗਦੀ ਰਹੀ ਹੈ ਹਿੰਸਾ ਇਹਨੂੰ ਮੁਕਤੀ ਲੱਗਦੀ ਰਹੀ ਹੈ ਵਾਇਲੈਂਸ ਪੰਜਾਬ ਨੂੰ ਲੱਗਦਾ ਮੁਕਤੀ ਹੈ ਇਹ ਗੱਲ ਸਾਰੇ ਕਿਤੇ ਆ ਕੇ ਜਦੋਂ ਹੱਥਾਂ 'ਚ ਹਥਿਆਰ ਹੁੰਦੇ ਆ ਨਾ ਹੱਥਾਂ 'ਚ ਹਥਿਆਰ ਹੋਣ ਦਾ ਕੱਲਾ ਇਕਨੋਮਿਕ ਕਾਰਨ ਨਹੀਂ ਹੁੰਦਾ ਆਰਥਿਕ ਕਾਰਨ ਨਹੀਂ ਹੁੰਦਾ ਕੱਲਾ ਸਮਾਜਿਕ ਕਾਰਨ ਨਹੀਂ ਹੁੰਦਾ ਕੱਲਾ ਇਤਿਹਾਸਿਕ ਕਾਰਨ ਨਹੀਂ ਹੁੰਦਾ ਕੱਲਾ ਮਨੋਵਿਗਿਆਨਕ ਕਾਰਨ ਬਹੁਤ ਕਾਰਨ ਨੇ ਉਹ ਸਾਰੇ ਨਿਰਾਲੇ ਮਿਲਣੇ ਇਹ ਸਾਰੇ ਕਾਰਨ ਨੇ ਜਿਹੜੇ ਤੁਹਾਨੂੰ ਇਤਿਹਾਸ ਤੋਂ ਲੈ ਕੇ ਆ ਕੇ ਵਰਤਮਾਨ ਨਾਲ ਜੋੜਦੇ ਨੇ ਇਹ ਸਾਰੀ ਗੱਲ ਦੇ ਉੱਤੇ ਮੈਂ ਕਹਿੰਦਾ ਸਟੱਡੀ ਕਰਨ ਦੀ ਲੋੜ ਹੈ ਤਾਂ ਮੈਂ ਜਿੰਨਾ ਕੁ ਮੈਨੂੰ ਸਮਝ ਆਉਂਦਾ ਹੈਗਾ ਜਿੰਨੀ ਕੁ ਮੇਰੀ ਅਕਲ ਆ ਉਹਦੇ ਮੁਤਾਬਕ ਮੈਂ ਚੀਜ਼ਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਦੀ ਕਿਤਾਬ 'ਚ ਕਿਤਾਬ ਲਿਖਣ ਦਾ ਮਤਲਬ ਗਿਆਨ ਦੇਣਾ ਨਹੀਂ ਹੁੰਦਾ ਕਿਤਾਬ ਲਿਖਣ ਦਾ ਮਤਲਬ ਉਹ ਸਵਾਲ ਨੇ ਮੇਰੇ ਕੋਲੇ ਜਿਹੜੇ ਕਿਸੇ ਕੋਲ ਤਾਂ ਜਾਣਗੇ ਕੋਈ ਤਾਂ ਇਹਨੂੰ ਅੰਡਰਸਟੈਂਡ ਕਰੂਗਾ ਤਾਂ ਹਿੰਸਾ ਤੋਂ ਭੱਜਦਾ ਇਹ ਹਿੰਸਾ ਦੇ ਜਸ਼ਨ 'ਚ ਵੀ ਸ਼ਾਮਲ ਹੁੰਦਾ ਰਿਹਾ ਸਮੇਂ-ਸਮੇਂ ਤੇ ਹਿੰਸਾ ਇਹਨੂੰ ਮੁਕਤੀ ਲੱਗਦੀ ਰਹੀ ਹੈ ਇਹਨ ਸੱਚ ਵਾਰ-ਵਾਰ ਜਾਣਾ ਇਹਦੇ ਸੁਭਾਅ ਦਾ ਹਿੱਸਾ ਬਣ ਗਿਆ ਵਾਇਲੈਂਸ ਦੇਖੋ ਤੁਸੀਂ ਪੰਜਾਬ ਚ ਹੋਰ ਮੈਂ ਨਹੀਂ ਕਹਿੰਦਾ ਹੋਰ ਸੋਸਾਇਟੀਆਂ ਚ ਵਾਇਲੈਂਸ ਨਹੀਂ ਹੁੰਦਾ ਪਰ ਜੇ ਸਾਡੇ ਮੁੰਡੇ ਇਥੋਂ ਅਸੀਂ ਜਾਂਦੇ ਆ ਕੈਨੇਡਾ ਦੇ ਅੰਦਰ ਤੁਸੀਂ ਦੇਖੋ ਗੈਂਗਸਟਰ ਫੀਨੋਮਨਾ ਕਿੰਨਾ ਵੱਡਾ ਹੈ ਕੈਨੇਡਾ ਦੇ ਅੰਦਰ ਵੀ ਹੈ ਨਾ ਅਕਾਲੀ ਡਰੱਗ ਵਾਲੇ ਕੇਸ ਚ ਗੈਂਗਸਟਰ ਦੇ ਕੇਸ ਤੁਸੀਂ ਕੱਢ ਕੇ ਦੇਖੋ ਇਹਦਾ ਮਤਲਬ ਇਹ ਕਲਾ ਆਰਥਿਕ ਕਾਰਨ ਨਹੀਂ ਆ ਜਿਹੜੇ ਲੋਕ ਕਹਿੰਦੇ ਨੇ ਜੀ ਬੇਰੋਜ਼ਗਾਰੀ ਕਾਰਨ ਨਾ ਉੱਥੇ ਤਾਂ ਰੋਜ਼ਗਾਰ ਹੈਗਾ ਕੈਨੇਡਾ ਚ ਤਾਂ ਕੈਨੇਡਾ ਤਾਂ ਸਮਰਿੱਧ ਸੋਸਾਇਟੀ ਹੈ ਉੱਥੇ ਤਾਂ ਸਭ ਕੁਝ ਆ ਉੱਥੇ ਕਿਉਂ ਅਟਰੈਕਸ਼ਨ ਕਿ ਇਹ ਕਿਹੜੀ ਜਿਹੜੀ ਕਹਿੰਦੇ ਨੇ ਕਸਤੂਰੀ ਲਾਉਦਾ ਫਿਰਦਾ ਮਰ ਜਾਂਦਾ ਉਹ। ਇਹਨੂੰ ਕਿਹਾ ਜਾਂਦਾ ਨਾ ਕਸਤੂਰੀ ਲਾਉਦਾ ਲਾਉਦਾ ਹੀ ਉਹ ਮਰ ਜਾਂਦਾ ਹੈਗਾ। ਉਹਦੇ ਸਿੰਘ ਵਸ ਜਾਂਦੇ ਆ 12 ਸੰਗੇ ਦੇ। ਇਹ ਕਿਹੜੀ ਕਸਤੂਰੀ ਪੰਜਾਬ ਮੇਰਾ ਮੰਨਣਾ ਇਹ ਹੈਗਾ। ਉਹ ਕਸਤੂਰੀ ਕਿਤੇ ਨਾ ਕਿਤੇ ਉਹ ਸਾਰੀ ਗੱਲ ਮੁਕਤੀ ਦੀ ਗੱਲ ਪਈ ਹੁੰਦੀ ਹੈ ਕਿਤੇ ਨਾ ਕਿਤੇ ਨੂੰ ਲੱਗਦਾ ਮੁਤ। ਤਾਂ ਹਿੰਸਾ 'ਚ ਵਾਰ-ਵਾਰ ਜਾਣਾ ਇਹਦੇ ਸੁਭਾਅ ਦਾ ਸੁਭਾਅ ਦਾ ਹਿੱਸਾ ਬਣ ਗਿਆ। ਹਿੰਸਾ ਦਾ ਇਹ ਉਹ ਚਰਸਤਾ ਚਰਸਤਾ ਇਹ ਚਰਸਤੇ 'ਚ ਖੜਾ ਪੰਜਾਬ। ਚਰਸਤੇ 'ਚ ਇੱਧਰ ਵੀ ਜਾਂਦਾ ਇੱਧਰ ਵੀ ਜਾਂਦਾ ਇੱਧਰ ਵੀ ਜਾਂਦਾ। हिंसा ਦਾ ਇਹ ਚਰਸਤਾ ਜੋ ਹਥਿਆਰ ਚੁੱਕਣ ਦੇ ਪੱਦਰ ਤੇ ਖਾੜਕਾਂ ਤੇ ਗੈਂਗਸਟਰ ਨੂੰ ਇੱਕੋ ਥਾਂ ਤੇ ਲਿਆ ਕੇ ਵੀ ਖੜੇ ਕਰਦਾ ਜਦੋਂ ਕਿ ਉਹ ਵਿਚਾਰਕ ਲਹਿਰ ਆ ਉਹ ਵਿਚਾਰ ਦੀ ਗੱਲ ਕਰਦੀ ਹੈ ਤੇ ਇਹ ਦੂਜੀ ਪਾਸੇ ਨਾ ਉਧਰ ਵਿਚਾਰ ਆ ਇਧਰ ਤੇ ਬਹੁਤੇ ਲੋਕਾਂ ਕੋਲ ਵਿਚਾਰ ਨਹੀਂ ਹੈਗਾ ਜਿਵੇਂ ਰਿੰਦਾ ਤਾਂ ਕੁਝ ਵਿਚਾਰਾਂ ਦੀ ਗੱਲ ਹੈਗਾ ਬਾਕੀ ਤਾਂ ਨਹੀਂ ਆ ਚਾਹੇ ਦੋਵੇਂ ਗੱਲਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਪਰ ਦੋਵਾਂ ਦੇ ਹਥਿਆਰ ਚੁੱਕਣ ਦੇ ਸਪਿਰਟ ਟਿੱਕੋ ਜੀ ਲੱਗਦੀ ਹੈ ਪੰਜਾਬ ਦੀ ਸਪਿਰਟ ਦੀ ਨਵਜ ਫੜੀ ਨਹੀਂ ਗਈ ਹੈ ਜਿਹੜੀ ਮੈਂ ਜਿਹੜੇ ਹਥਿਆਰਾਂ ਦੇ ਨਾਲ ਪੰਜਾਬ ਦਾ ਮੂੰਹ ਆ ਜਿਹੜਾ ਵਾਇਲੈਂਸ ਦੇ ਨਾਲ ਰਿਸ਼ਤਾ ਪੰਜਾਬ ਦਾ ਜਿਹੜਾ ਹਿੰਸਾ ਦੇ ਨਾਲ ਪੰਜਾਬ ਦਾ ਜੋ ਰਿਸ਼ਤਾ ਇਹਦੀ ਨਬਜ਼ ਮੈਨੂੰ ਲੱਗਦਾ ਨਹੀਂ ਫੜੀ ਗਈ ਕਦੇ ਇਹਦੀ ਨਬਜ਼ ਫੜਨੀ ਜਦ ਇਹਦੀ ਨਬਜ਼ ਫੜ ਲਈ ਕਿਸੇ ਨੇ ਫਿਰ ਠੀਕ ਹੋਊ ਇਹ ਫਿਰ ਠੀਕ ਤਾਂ ਪੂਰਨ ਤੌਰ ਤੇ ਚਲੋ ਠੀਕ ਆ ਮਤਲਬ ਫਿਰ ਇਹਦੇ ਲਈ ਇੱਕ ਖਾਕਾ ਖਿੱਚਿਆ ਜਾ ਸਕਦਾ ਕਿ ਭਾਈ ਗੱਲ ਕੀ ਹੈਗੀ ਬਹੁਤ ਛੇਤੀ ਟਰੈਕਟ ਹੁੰਦੇ ਨੇ ਸਾਡੇ ਬੰਦੇ ਇਹ ਚੀਜ਼ਾਂ ਦੇ ਵੱਲ ਇਹ ਪੰਜਾਬ ਦੀ ਤੁਸੀਂ ਦੇਖ ਲਓ ਕੋਈ ਇੱਕ ਗੱਲ ਇਹ ਨਹੀਂ ਕਹਿੰਦਾ ਕਿ ਪੰਜਾਬ ਚ ਪੀਸ ਮੂਵਮੈਂਟ ਨਹੀਂ ਰਹੀ ਬੜੀ ਲੰਬਾ ਅਕਾਲੀ ਲਹਿਰ ਇੱਕ ਪੀਸ ਲਹਿਰ ਸੀਗੀ ਉਹਨੋਂ ਗੁਰਦੁਆਰਿਆਂ ਬਾਰੇ ਵੀ ਦੇਖ ਲਓ ਗੁਰਦੁਆਰਿਆਂ ਦੇ ਮੋਰਚੇ ਜਦੋਂ ਲੱਗ ਰਹੇ ਸੀ ਬੜੀ ਵੱਡੀ ਉਹ ਵੀ ਆ ਪਰ ਵਾਇਲੈਂਸ ਵੀ ਉਹ ਮਤਲਬ ਡਾਇਲੈਕਟਿਕਲ ਰਿਲੇਸ਼ਨ ਆ ਵਾਇਲੈਂਸ ਨਾਲ ਵੀ ਉਹ ਉਵੇਂ ਉਸ ਤਰੀਕੇ ਨਾਲ ਅੰਗੇ ਬਹੁਤ ਅੰਗੇਜ ਹੁੰਦਾ ਰਿਹਾ ਪੰਜਾਬ ਕਿਸਾਨੀ ਅੰਦੋਲਨ ਦੀ ਸ਼ਾਂਤ ਨਹੀਂ ਹਾਂ ਸ਼ਾਂਤ ਮੈਂ ਉਹੀ ਕਹ ਰਿਆਂਗਾ ਕੀ ਨਹੀਂਗਾ ਪੰਜਾਬ ਦੀ ਹਿਸਟਰੀ ਆ ਉਹਦੇ ਚ ਗੁਰੂਆਂ ਦੇ ਟਾਈਮ ਦੇਖ ਲਓ ਦੋਵੇਂ ਤਰ੍ਹਾਂ ਦੇ ਗੁਰੂਆਂ ਦੇ ਟਾਈਮ ਵੀ ਇੱਕ ਜਵਾਬ ਗੁਰੂ ਅਰਜਨ ਦੇਵ ਜੀ ਦੇ ਰਹੇ ਨੇ ਇੱਕ ਗੁਰੂ ਹਰਗੋਬਿੰਦ ਜੀ ਦੇ ਰਹੇ ਨੇ ਅਲੱਗ-ਅਲੱਗ ਜਵਾਬ ਨੇ ਨਾ ਇੱਕ ਤਖਤ ਸਾਜ ਕੇ ਕਹੇਗਾ ਕਿ ਜ਼ੁਲਮ ਖਿਲਾਫ ਲੜਾਂਗੇ ਇੱਕ ਸ਼ਹੀਦੀ ਦਿੰ ਫਿਰ ਅਗੇ ਵੀ ਸੀ ਹਿੱਦੀਆਂ ਵੀ ਨੇ ਤੇ ਆਹ ਉਹ ਰਿਸ਼ਤਾ ਵੀ ਆ ਕਿ ਲੜਾਂਗੇ ਉਹ ਸਾਰੀਆਂ ਚੀਜ਼ਾਂ ਨੇ ਮਤਲਬ ਗੱਲ ਇਹ ਨਹੀਂ ਕਿ ਕੀ ਗੁਰੂ ਸਾਹਿਬ ਵਾਲਾ ਸੰਦਰਭ ਹੋਰ ਹੈ ਹਨਾ ਬੰਦਾ ਸਿੰਘ ਬਹਾਦਰ ਵਾਲਾ ਸੰਦਰਭ ਹੋਰ ਹੈ ਇਹ ਸੰਦਰਭ ਹੋਰ ਨੇ ਸਾਰੇ ਸੰਦਰਭਾਂ ਨੂੰ ਅਸੀਂ ਅੰਡਰਸਟੈਂਡ ਕਰਕੇ ਸਮਝਾਂਗੇ ਕਿਵੇਂ ਸੰਤ ਤੇ ਸਿਪਾਹੀ ਬਣਾਇਆ ਹਾਂ 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 ਸੰਤ ਤੇ ਸਿਪਾਹੀ ਦੋਵੇਂ ਇਹੋ ਕਨਸੈਪਟ ਹੀ ਹੈ ਤਾਂ ਹਿੰਸਾ 'ਚ ਸ਼ਾਮਲ ਤੇ ਹਿੰਸਾ ਦੇਖਦੇ ਲੋਕ ਇੱਕੋ ਥਾਂ ਅਗਲਾ ਮੈਂ ਜਿਹੜਾ ਪੈਰਾ ਉਚ ਲਿਖਦਾ ਹਿੰਸਾ 'ਚ ਸ਼ਾਮਲ ਇੱਕ ਤਾਂ ਸ਼ਾਮਲ ਨਹੀਂ ਹਿੰਸਾ 'ਚ ਹਿੰਸਾ ਦੇਖਦੇ ਲੋਕ ਜਿਹੜੇ ਕਮੈਂਟ ਕਰਦੇ ਨੇ ਥੱਲੇ ਇਹ ਗੱਲ ਨੂੰ ਫੜਨ ਦੀ ਲੋੜ ਆ ਜਿਹੜੇ ਮੁੰਡੇ ਸੈਲੀਬ੍ਰੇਟ ਕਰਦੇ ਨੇ ਇਹਨਾਂ ਨੂੰ ਸਾਰੇ ਜਿਹੜੇ ਨਵੇਂ ਮੁੰਡੇ ਆ ਤੁਸੀਂ ਦੇਖੋ ਉਹਨਾਂ ਦੀ ਉਮਰ ਕੱਢ ਕੇ ਦੇਖਿਓ ਕੋਈ 17-18 ਸਾਲ ਦਾ ਕੋਈ 18 ਸਾਲ ਦਾ ਕੋਈ 20 ਸਾਲ ਦਾ ਸਾਰੇ ਗੈਂਗਸਟਰ ਜਿਹੜੇ ਮੁੰਡੇ ਬਣੇ ਨੇ ਇਧਰੋਂ ਚੱਲਦੇ ਨੇ ਗੈਂਗਸਟਰ ਦਾ ਕਿਹੜਾ ਜੇ ਚੱਲ ਪੇ ਬਾਅਦ ਚੋਂ ਤਾਂ ਫਿਰ ਆਰਗੇਨਾਈਜ਼ ਕ੍ਰਾਈਮ ਚ ਆ ਕੇ ਇਸ ਕਰਕੇ ਗੈਂਗਸਟਰ ਉਹਨਾਂ ਨੂੰ ਕਿਹਾ ਜਾਂਦਾ ਮੁੰਡੇ ਤਾਂ ਆਮ ਹੀ ਸੀ ਨਾ ਇਹ ਤਾਂ ਜਿਹੜਾ ਮੇਰੀ ਇਹ ਲਾਈਨ ਆ ਕਿ ਹਿੰਸਾ ਚ ਸ਼ਾਮਲ ਤੇ ਹਿੰਸਾ ਨੂੰ ਦੇਖਦੇ ਲੋਕ ਇੱਕੋ ਥਾਂ ਖੜੇ ਕਿਉਂ ਖੜੇ ਹੁੰ ਸੰਸਕਾਰਾਂ ਤੇ ਗਿਆ ਇਹਨਾਂ ਦੇ ਆ ਤੇ ਬਹੁਤ ਸਾਰੇ ਸੰਸਕਾਰਾਂ ਤੇ ਗਿਆ ਮੈਂ ਜਦੋਂ ਕਵਰ ਕਰਨ ਚਾਹੀਦਾ ਸੀਗਾ ਐਜ਼ ਏ ਪੱਤਰਕਾਰ ਉਹ ਜਿਹੜੇ ਸੰਸਕਾਰ ਤੇ ਆਏ ਹੋਏ ਹੁੰਦੇ ਸੀ ਉਹ ਉਨੇ ਸ਼ਾਮਲ ਹੁੰਦੇ ਸੀ ਉਹ ਜਿੰਨਾ ਕੋਈ ਹਥਿਆਰ ਚੱਕਿਆ ਹਿੰਸਾ ਚ ਸ਼ਾਮਲ ਸ਼ਾਮਲ ਹੋਆ ਜੈਪਾਲ ਤੇ ਹਿੰਸਾ ਦੇਖਦੇ ਯਾਨੀ ਜਿਹੜੇ ਦੇਖ ਰਹੇ ਨੇ ਜਿਹੜੇ ਉਹਦੇ ਸੰਸਕਾਰ ਤੇ ਆਏ ਨੇ ਉਹ ਇੱਕੋ ਥਾਂ ਤੇ ਖੜੇ ਲੱਗਦੇ ਕਿਉਂ ਲੱਗਦੇ ਨੇ ਮੈਂ ਲਿਖਦਾਗਾ ਕਿ ਹਿੰਸਾ ਚ ਸ਼ਾਮਲ ਤੇ ਹਿੰਸਾ ਦੇਖਦੇ ਲੋਕ ਇੱਕੋ ਥਾਂ ਕਿਉਂ ਖੜੇ ਹੁੰਦੇ ਨੇ ਕਿਉਂ ਗੈਂਗਸਟਰ ਨਵੇਂ ਕਿਉਂ ਗੈਂਗਸਟਰ ਨਵੇਂ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੇ ਨੇ ਇਹ ਸੱਚੀ ਗੱਲ ਆ ਇਫੈਕਟ ਆ ਇਹਨੂੰ ਮੰਨਣਾ ਚਾਹੀਦਾ ਦੇਖੋ ਬਿੱਲੀ ਤੇ ਕਬੂਤਰ ਵਾਲੀ ਗੱਲ ਆ ਨਾ ਕਿ ਕਬੂਤਰ ਕੋ ਬਿੱਲੀ ਨਹੀਂ ਆ ਪਰ ਬਿੱਲੀ ਤਾਂ ਹੈਗੀ ਐ ਅੱਖਾਂ ਖੋਲ ਕੇ ਸਾਨੂੰ ਮੰਨਣਾ ਚਾਹੀਦਾ ਪੰਜਾਬ ਦੇ ਹਾਲਾਤ ਇਹ ਨੇ ਕਿਉਂ ਉਹ ਇਹਨਾਂ ਨਾਲ ਆਪਣੇ ਆਪ ਨੂੰ ਮੇਲਣਾ ਸ਼ੁਰੂ ਕਰ ਦਿੰਦੇ ਨੇ ਰਿਲੇਟ ਕਰ ਦਿੰਦੇ ਨੇ ਉਹ ਇਹਨਾਂ ਨਾਲ ਕਿਸੇ ਹੋਰ ਚੀਜ਼ ਨਾਲ ਵੀ ਤਾਂ ਰਿਲੇਟ ਕਰ ਸਕਦੇ ਆ ਉਹ ਪੁਲਿਸ ਨਾਲ ਵੀ ਕਰ ਸਕਦੇ ਆ ਐਡਮਿਨਿਸਟ੍ਰੇਸ਼ਨ ਨਾਲ ਵੀ ਕਰ ਸਕਦੇ ਆ ਪੋਲਿਟਿਕਸ ਨਾਲ ਵੀ ਕਰ ਸਕਦੇ ਆ ਉਹ ਇਹਨਾਂ ਨਾਲ ਹੀ ਕਿਉਂ ਆ ਯੂਥ ਗੈਂਗਸਟਰਾਂ ਨਾਲ ਹੀ ਰਿਲੇਟ ਕਿਉਂ ਕਰ ਰਿਹਾ ਹੈ ਹੈਗਾ ਇੱਕ ਵੱਡਾ ਹਿੱਸਾ ਹੈ ਪ੍ਰਭਾਵਤ ਹੁੰਦਾ ਉਹਨਾਂ ਤੋਂ ਤਾਂ ਇਹ ਤਾਂ ਜਾਂਦੇ ਆ ਉਧਰੋਂ ਸਾਰੇ ਇਹਨੂੰ ਇੱਥੋਂ ਨਬਜ਼ ਫੜਨੀ ਪਊ ਸਾਨੂੰ ਇੱਥੋਂ ਸਾਨੂੰ ਸਮਝਣਾ ਪਊਗਾ ਕਿ ਸਾਡੇ ਮੁੰਡੇ ਕਿਉਂ ਮਾਪਿਆਂ ਨੂੰ ਵੀ ਪਰਿਵਾਰਾਂ ਨੂੰ ਵੀ ਮੀਡੀਆ ਨੂੰ ਵੀ ਸਮਾਜ ਨੂੰ ਵੀ ਸਭ ਨੂੰ ਸਾਡਾ ਕੰਮ ਆ ਸਾਰੀਆਂ ਚੀਜ਼ਾਂ ਕਵਰ ਕਰਨਾ ਅਸੀਂ ਇੰਟਰਵਿਊ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਇਰਾਹ ਕਿਉਂ ਗਏ ਹੋ ਔਰ ਸਾਡਾ ਕੰਮ ਆਗਾ ਕੀ ਜਦੋਂ ਅਸੀਂ ਪੁਲਿਸ ਨੂੰ ਸਵਾਲ ਕਰੀ ਉਹਨਾਂ ਤੋਂ ਉਹ ਪੁੱਛੀਏ ਜਦੋਂ ਇਹਨਾਂ ਨੂੰ ਕਰੀਏ ਉਦੋਂ ਦੂਜੀ ਸਾਈਡ ਪੁੱਛੀਏ ਭਾਈ ਤੁਸੀਂ ਕ੍ਰਿਮਨਲ ਕਿਉਂ ਬਣੇ ਹੋ ਜਿੰਨੀ ਉਹ ਗੱਲ ਨਾ ਅੰਡਰਸਟੈਂਡ ਕਰਦੇ ਨੇ ਕਿਉਂ ਮੈਂ ਅਗਲੀ ਲਾਈਨ ਲੈਂਦਾ ਕਿਉਂ ਉਹ ਇਹਨਾਂ ਨਾਲ ਆਪਣੇ ਆਪ ਨੂੰ ਮਿਲਣਾ ਸ਼ੁਰੂ ਕਰੰਦੇ ਨੇ ਸਟੇਟ ਦੀ ਦਿਖ ਅਦਿਖ ਹਿੰਸਾ ਦੇ ਮੋੜ ਮੇ ਰੂਪ ਚ ਹਿੰਸਾ ਹੁੰਦੀ ਹੈ ਸਟੇਟ ਦੀ ਦਾ ਵੀ ਵਾਇਲੈਂਸ ਹੁੰਦਾ ਇੱਕ ਸਟੇਟ ਦਾ ਡਾਇਰੈਕਟ ਵਾਇਲੈਂਸ ਹੈ ਇੱਕ ਇੰਡਾਇਰੈਕਟ ਮੰਨ ਲਓ ਕੋਈ ਬੇਰੁਜ਼ਗਾਰ ਹੈ ਕੋਈ ਭੁੱਖਾ ਕਿਸੇ ਕੋਲ ਸਾਧਨ ਨਹੀਂ ਸਟੇਟ ਦਾ ਕੰਮ ਕੀ ਆ ਸਾਰਿਆਂ ਕੋਲ ਹੋਣ ਸਟੇਟ ਇਸੇ ਕਰਕੇ ਬਣਾਈ ਗਈ ਸੀ ਨਾ ਸਟੇਟ ਇਸ ਕਰਕੇ ਬਣੀ ਆ ਕਿ ਸਾਰੇ ਬੰਦੇ ਸੁਖੀ ਰਹਿਣਗੇ ਔਰ ਸਟੇਟ ਇਸ ਗੱਲ ਦੀ ਗਰੰਟੀ ਕਰਦੀ ਆ ਪਰ ਜਿਹੜੇ ਲੋਕ ਵਿਚਾਰੇ ਭੁੱਖ ਨਾਲ ਹੀ ਮਰ ਜਾਂਦੇ ਨੇ ਉਹ ਉਹ ਹਿੰਸਾ ਨਹੀਂ ਆ ਉਹ ਵੀ ਹਿੰਸਾ ਉਹ ਸਟੇਟ ਦੀ ਹਿੰਸਾ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਵੀ ਸਟੇਟ ਦੀ ਹਿੰਸਾ ਪਰ ਅਸੀਂ ਇਹ ਨਹੀਂ ਕਾਂਗੇ ਜੇ ਇਨਸਾਫ ਨਹੀਂ ਮਿਲਦਾ ਇੱਕੋ ਦਾਮ ਹੀ ਹਥਿਆਰ ਚੱਕ ਕੇ ਖੜੇ ਬਹੁਤ ਸਾਰੇ ਰਾਹ ਹੁੰਦੇ ਆ ਪਰ ਉਹ ਉਹ ਜਾਂਦੇ ਆ ਮੈਂ ਲਾਈਨ ਲਿਖ ਦਾਂਗਾ ਕਿ ਸਟੇਟ ਦੀ ਦਿਖ ਦਿਖ ਹਿੰਸਾ ਦੇ ਮੂੜਵੇਂ ਰੂਪ ਚ ਹਿੰਸਾ ਹੁੰਦੀ ਆ ਸਟੇਟ ਤਾਂ ਤੈਅ ਕਰਕੇ ਵੀ ਹਿੰਸਾ ਕਰਦੀ ਆ ਫਿਰ ਸਵਾਲ ਇਹ ਆ ਕਿ ਅਧਿਆਤਮ ਤੋਂ ਲੈ ਕੇ ਆਧੁਨਿਕਤਾ ਦੇ ਅਹਿੰਸਾ ਬਾਰੇ ਲੈਕਚਰ ਸਿਰਫ ਲੈਕਚਰ ਨੇ ਮਲਾ ਇੱਥੇ ਤੇ ਆਧੁਨਿਕਤਾ ਤੇ ਬਹੁਤ ਵੱਡਾ ਕੰਮ ਹੋਇਆ ਇੱਥੇ ਤਾਂ ਅਧਿਆਤਮ ਤੇ ਵੀ ਬਹੁਤ ਵੱਡਾ ਕੰਮ ਹੋਇਆ ਇਸ ਧਰਤੀ ਤੇ ਅਧਿਆਤਮ ਕੀ ਕਹਿੰਦਾ ਹੈ ਅਧਿਆਤਮ ਵੀ ਤੇ ਇੱਕ ਲੈਵਲ ਦੇ ਉੱਤੇ ਕਹਿੰਦਾ ਕਿ ਵਾਇਲੈਂਸ ਜਦੋਂ ਤੁਸੀਂ ਜਾਣਦੇ ਤੁਸੀਂ ਸਹਿਜ ਨਹੀਂ ਰਹਿੰਦੇ ਤੇ ਸਹਿਜ ਬੰਦਾ ਹੀ ਪਰਮਾਤਮਾ ਦੇ ਨਾਲ ਮਿਲੂਗਾ ਜਾ ਕੇ ਆ ਸਹਿਜ ਬੰਦਾ ਤਾਂ ਨਹੀਂ ਮਿਲੂਗਾ ਤਾਂ ਜਦੋਂ ਅਧਿਆਤਮ ਵੀ ਇਸ ਗੱਲ ਦੇ ਉੱਤੇ ਜਾ ਕੇ ਗੱਲ ਅਧਿਆਤਮ ਦੀ ਹਾਲਾਂਕਿ ਸਾਰੀਆਂ ਧਰਾਵਾਂ ਵੱਖਰੀਆਂ ਵੱਖਰੀਆਂ ਨੇ ਹਿੰਦੂਇਜ਼ਮ ਦੇ ਅੰਦਰ ਬਹੁਤ ਸਾਰੀਆਂ ਧਰਾਵਾਂ ਨੇ ਸਿੱਖ ਸਿੱਖੀ ਦੇ ਅੰਦਰ ਅਧਿਆਤਮ ਨੂੰ ਹੋਰ ਤਰ੍ਹਾਂ ਦੇਖਿਆ ਜਾਂਦਾ ਅਪਰੋਚ ਵੱਖਰੀ ਵੱਖਰੀ ਹੈਗੀ ਅਧਿਆਤਮ ਨੂੰ ਲੈ ਕੇ ਜਿਵੇਂ ਸਿੱਖੀ ਸੰਤ ਤੇ ਸਿਪਾਹੀ ਦਾ ਕਨਸੈਪਟ ਹੈਗਾ ਪਰ ਉਹ ਜਿਹੜਾ ਬੈਲੈਂਸ ਕਰਨਾ ਇਹਨਾਂ ਚੀਜ਼ਾਂ ਨੂੰ ਜਿਹੜਾ ਸੰਤ ਤੇ ਸਿਪਾਹੀ ਉਹ ਬੈਲੈਂਸ ਕਰ ਰਹੇ ਨੇ ਕਿਉਂ ਬੈਲੈਂਸ ਵਿਗੜ ਚੁੱਕਿਆ ਪੰਜਾਬ 'ਚ ਕੀ ਮਨੁੱਖ ਸਮਾਜ ਕਦੇ ਮੈਂਡ ਚ ਐਂ ਛੱਡ ਕੇ ਗਿਆ ਸਾਰੇ ਆਰਟੀਕਲ ਨੂੰ ਕੀ ਮਨੁੱਖ ਸਮਾਜ ਕਦੇ ਪੂਰਨ ਤੌਰ ਤੇ ਹਿੰਸਾ ਤੋਂ ਮੁਕਤ ਹੋਣਗੇ ਇਹ ਵੀ ਸਵਾਲ ਬਹੁਤ ਵੱਡਾ ਬਸ ਇਹੀ ਮੈਂ ਲਾਸਟ ਲਿਖਿਆਗਾ ਕਿ ਖਾੜਕੋਮ ਵਰਗੇ ਗੈਂਗਸਟਰ ਤੇ ਗੈਂਗਸਟਰ ਵਰਖਾੜਕੂ ਸਮਝਣ ਦੀ ਕਹਾਣੀ ਕਿਤੇ ਇੱਥੇ ਪਈ ਹੈਗੀ ਜਿਹੜੀ ਮੈਨੂੰ ਪੂਰੀ ਸਮਝ ਨਹੀਂ ਆਉਂਦੀ ਜਿੰਨੀ ਮੈਨੂੰ ਸਮਝ ਆਉਂਦੀ ਹੈ ਮੈਂ ਇਸ ਕਰਕੇ ਇਹ ਕਹਿਣਾਗਾ ਕਿ ਇਹ ਸਾਰੀਆਂ ਚੀਜ਼ਾਂ ਨੂੰ ਪੁਲਿਸ ਨੂੰ ਸਟੇਟ ਨੂੰ ਖੁੱਲੇ ਦਿਲ ਦੇ ਨਾਲ ਜੇ ਤੁਸੀਂ ਸੋਚਦੇ ਹੋ ਤਾਂ ਡੀਐਸ ਗੱਲ ਦੇ ਅੰਦਰ ਚੜ੍ਹਾਈ ਹੋਣੀ ਹੈ ਸਟੇਟ ਦੀ ਵੀ ਪੁਲਿਸ ਦੀ ਵੀ ਜਦੋਂ ਇੱਕ ਖੁੱਲੀ ਅਪਰੋਚ ਹੋ ਕੱਲਾ ਕ੍ਰਾਈਮ ਜਿਹੜਾ ਖਤਮ ਕਰਨਾ ਮਸਲਾ ਨਹੀਂ ਹੈਗਾ ਕ੍ਰਿਮੀਨਲ ਖਤਮ ਕਰਨਾ ਮਸਲਾ ਨਹੀਂ ਹੈ ਕ੍ਰਾਈਮ ਕਿਵੇਂ ਖਤਮ ਜਿਹਦੇ ਬਾਰੇ ਮੈਂ ਕਹਿਣਾ ਜਿਹੜੇ ਬਾਰੇ ਮੈਨੂੰ ਲੱਗਦਾ ਜਿੰਨਾ ਮੈਂ ਪੜਿਆ ਮਡੇਵਰ ਹਿਸਟਰੀ ਨੂੰ ਜਾਂ ਮਾਡਰਨ ਹਿਸਟਰੀ ਨੂੰ ਜਾਂ ਦੁਨੀਆ ਭਰ ਨੂੰ ਕ੍ਰਾਈਮ ਹਮੇਸ਼ਾ ਸੋਸਾਇਟੀ ਚ ਰਿਹਾਗਾ ਮੇਰਾ ਇਹ ਮੰਨਣਾ ਹੈਗਾ ਕਿ ਨਾ ਕਦੇ ਪੂਰਨ ਤੌਰ ਤੇ ਕ੍ਰਾਈਮ ਮੁਕਤ ਸੈਟੀਆਂ ਹੋਣਗੀਆਂ ਨਾ ਹੀ ਕਦੇ ਪੂਰਨ ਤੌਰ ਤੇ ਨਸ਼ਾ ਮੁਕਤ ਸੈਟੀਆਂ ਹੋਣੀਆਂ ਜਿਹੜੇ ਕਹਿੰਦੇ ਨਸ਼ਾ ਮੁਕਤ ਸਮਾਜ ਨਸ਼ਾ ਮੁਕਤ ਸਮਾਜ ਵੀ ਕਦੇ ਨਹੀਂ ਹੋਊਗਾ ਕ੍ਰਾਈਮ ਮੁਕਤ ਸਮਾਜ ਵੀ ਕਦੇ ਨਹੀਂ ਹੋਊਗਾ ਇਹਨੂੰ ਘਟਾਉਣਾ ਕਿਵੇਂ ਆ ਇਹਨੂੰ ਠੀਕ ਕਿਵੇਂ ਕਰਨਾ ਇਹ ਸਭ ਤੋਂ ਵੱਡੀ ਗੱਲ ਆ ਪੂਰਨ ਤੌਰ ਤੇ ਮੁਕਤ ਕਦੇ ਸਮਾਜ ਸ਼ੁੱਧ ਤੱਕ ਕੁਝ ਵੀ ਨਹੀਂ ਹੁੰਦੀ ਨਾ ਸ਼ੁੱਧਤ ਕ ਸ਼ੁੱਧਤਾ ਮੈਨੂੰ ਲੱਗਦਾ ਹੁੰਦਾ ਫਾਸਿਜ਼ਮ ਹੁੰਦੀ ਹੈ। ਹੋਰ ਸ਼ੁੱਧਤਾ ਕੁਝ ਨਹੀਂ ਹੁੰਦੀ। ਉਹ ਚ ਫਿਰ ਬਾਕੀਆਂ ਨੂੰ ਮਾਰਿਆ ਜਾਂਦਾ। ਯਾਨੀ ਇਹ ਸਾਨੂੰ ਪਸੰਦ ਨਹੀਂ। ਆ ਸਾਡਾ ਵਿਚਾਰਾ ਬਾਕੀਆਂ ਨੂੰ ਮਲਿਆ ਮੀਟ ਕਰ ਦੋ। ਨਹੀਂ ਸਮਾਜ ਹਮੇਸ਼ਾ ਅਸ਼ੁੱਧ ਹੀ ਰਹਿਣਗੇ। ਵਿਚਾਰ ਵੀ ਹਮੇਸ਼ਾ ਅਸ਼ੁੱਧ ਹੀ ਰਹਿਣਗੇ। ਜ਼ਿੰਦਗੀ ਵੀ ਹਮੇਸ਼ਾ ਅਸ਼ੁੱਧ ਹੀ ਹੁੰਦੀ ਹੈ। ਅਧਿਆਤਮ ਦੀ ਧਾਰਾ ਜਿਹੜੇ ਬਹੁਤ ਕਿਤੇ ਚਲੇ ਜਾਂਦੇ ਆ ਜੋ ਵੱਡੇ ਲੋਕ ਕੁਝ ਲੋਕ ਹੋਣਗੇ ਤਾਂ ਹੀ ਉਹਨਾਂ ਨੂੰ ਫਿਰ ਆਪਾਂ ਵੱਡੇ ਮੰਨਦੇ ਆਂਗੇ ਜਿਹੜੇ ਵੀ ਲੋਕ ਵੱਡੇ ਹੁੰਦੇ ਆ ਸਮਾਜ 'ਚ। ਬਾਕੀ ਸਮਾਜ ਨੇ ਐਂ ਵਿਚਰਨਾ ਹੁੰਦਾ ਤਾਂ ਉਹ ਜਿਹੜੇ ਸ਼ੁੱਧਤਾ ਲੱਭਦੇ ਲੋਕ ਆ ਸ਼ੁੱਧਤਾ ਕਿੱਥੋਂ ਨਹੀਂ ਲੱਭਣੀਗੀ ਪਰ ਇਹ ਗੱਲਾਂ ਨੂੰ ਠੀਕ ਕਿਵੇਂ ਕਰਨਾ ਅਸੀਂ ਇੱਕ ਇੱਕ ਬੈਲੈਂਸ ਕਿਵੇਂ ਬਣਾਉਣਾ ਸਾਇਟੀ 'ਚ ਅਸੀਂ ਇਹ ਗੱਲਾਂ ਦੇ ਉੱਤੇ ਕੰਮ ਕਿਵੇਂ ਕਰਨਾ ਇਹ ਜ਼ਰੂਰੀ ਆ ਪੁਲਿਸ ਵੀ ਕੰਮ ਕਰੇ ਸਟੇਟ ਵੀ ਕੰਮ ਕਰੇ ਉਹੀ ਹਮੇਸ਼ਾ ਪੁਲਿਸ ਪੁਲਿਸ ਵੀ ਨਾਲ ਨਾਲ ਹੀ ਕਿਉਂ ਸੋਚਦੀ ਐ ਆਮ ਲੋਕਾਂ ਦੇ ਵਿਊ ਨਾਲ ਕਿਉਂ ਨਹੀਂ ਸੋਚ ਸਕਦੀ ਜਿਵੇਂ ਕੱਲ ਹੱਥਕੜੀਆਂ ਕੋ ਨਹੀਂ ਖੋਲੀਆਂ ਗਈਆਂ ਅਮਰਿਤਪਾਲ ਆਇਆ ਸੀ ਜੈਪਾਲ ਦੇ ਸਸਕਾਰ ਤੇ ਇਹ ਕਿਉਂ ਹੋ ਰਿਹਾ ਮੈਂ ਮੈਂ ਉਹੀ ਕਹਿ ਰਿਆਂਗਾ ਕਿ ਟੋਟਲ ਅਪਰੋਚ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਇੱਕ ਤਾਂ ਇਹ ਗੱਲ ਸਮਝਣ ਦੀ ਲੋੜ ਆ ਇੱਕ ਮੈਨੂੰ ਹੋਰ ਇਹ ਮੁੰਡੇ ਉਹ ਨੇ ਜਿਹੜੇ ਵਧੀਆ ਪਲੇਅਰ ਸੀ ਤਕੜੇ ਪਲੇਅਰ ਵਧੀਆ ਨਹੀਂ ਮਤਲਬ ਟੌਪ ਦੇ ਪਲੇਅਰ ਸੀ ਇਹ ਸਾਰੇ ਟੌਪ ਦਾ ਪਲੇਅਰ ਕੌਣ ਬਣਦਾ ਜਿਹੜਾ ਬਹੁਤ ਟੌਪ ਦੀ એનર્ਜੀ ਲਾਉਣ ਵਾਲਾ ਬੰਦਾ ਇਹਨਾਂ ਕੋਲ એનર્ਜੀ ਬਹੁਤ ਸੀ ਜਦੋਂ ਤੱਕ ਪੰਜਾਬ ਦੇ ਯੂਥ ਦੀ એનર્ਜੀ ਕਿਤੇ ਚੈਨਲਾਈਜ਼ ਨਹੀਂ ਹੋਉਂ ਪੁਲਿਸ ਨੂੰ ਚਾਹੀਦਾ ਉਹ ਗਰਾਊਂਡਾਂ 'ਚ ਕੰਮ ਕਰਾਉਣਾ ਸ਼ੁਰੂ ਕਰ ਦੇ ਸਟੇਟ ਨੂੰ ਚਾਹੀਦਾ ਕੈਪਟਨ ਬਰਿੰਦਰ ਸਿੰਘ ਨੂੰ ਕਿ ਉਹ ਗਰਾਊਂਡ ਨੇ ਜਿਹੜੇ ਸਾਡੇ ਗਰਾਊਂਡਾਂ 'ਚ ਅੱਜ ਸਾਡੇ ਮੁੰਡੇ ਨਹੀਂ ਜਾ ਰਹੇ ਫਿਰ ਉਹ ਕਿੱਧਰ ਜਾਣਗੇ ਜਿਹੜੇ ਬੰਦੇ 'ਚ એનર્ਜੀ ਹੁੰਦੀ ਹੈ ਨਾ ਬਹੁਤ ਜ਼ਿਆਦਾ ਉਹ ਜਾਂ ਤਾਂ ਪੋਜ਼ਿਟਿਵ ਚੱਲੂ ਜਾਂ 네ਗੇਟਿਵ ਚੱਲੂ ਉਹ ਨਰਜੀ ਨੂੰ ਪੋਜ਼ਿਟਿਵ ਚੈਨਲਾਈਜ਼ ਕਿਵੇਂ ਕਰਨਾ ਉਹ ਚੈਨਲਾਈਜ਼ ਕਰਨ ਦੀ ਸਭ ਤੋਂ ਵਧੀਆ ਥਾਂ ਮੇਰਾ ਮੰਨਣਾ ਇਹ ਆ ਮੈਂ ਪਰਸਨਲੀ ਮੰਨਦਾ ਇਹ ਹੋ ਸਕਦਾ ਮੈਂ ਗਲਤ ਹੋਵਾਂ ਕਿਸੇ ਨੂੰ ਇਹ ਗੱਲ ਨਾ ਮੇਰਾ ਮੰਨਣਾ ਕਿ ਸਭ ਤੋਂ ਵਧੀਆ ਉਹਦੇ ਲਈ ਸਪੋਰਟਸ ਆ ਆਰਟ ਹੈ ਲਿਟਰੇਚਰ ਕਲਚਰ ਸਾਡੀਆਂ ਐਕਟੀਵਿਟੀਆਂ ਜਿਹਦੇ ਚ ਜਦੋਂ ਕੋਈ ਕ੍ਰੀਏਟ ਜੋ ਤਾਂ ਕੁਝ ਕੁਝ ਕ੍ਰੀਏਟ ਨਹੀਂ ਕਰਦੇ ਨਾ ਜ਼ਿੰਦਗੀ ਚ ਤੁਹਾਨੂੰ ਲੱਗਦਾ ਇਹਦਾ ਮਤਲਬ ਕੀ ਹੈ ਇਹਦਾ ਮੀਨਿੰਗ ਕੀ ਹੈਗਾ ਜੇ ਤੁਸੀਂ ਕੁਝ ਕ੍ਰੀਏਟ ਕਰਦੇ ਹੋ ਤੁਹਾਨੂੰ ਖੁਸ਼ੀ ਹੁੰਦੀ ਹੈ ਇਹ ਮੈਂ ਕੁਝ ਇੰਟਰਵਿਊ ਕ੍ਰੀਏਟ ਕਰ ਰਹੇ ਹਾਂਗਾ ਜਦੋਂ ਜੋ ਤੁਸੀਂ ਕੁਝ ਕ੍ਰੀਏਟ ਕਰਦੇ ਹੋ ਬੰਦਿਆਂ ਨੂੰ ਕ੍ਰੀਏਟਿਵ ਬਣਾਉਣਾ ਜ਼ਰੂਰੀ ਹੈ ਗਿਣਤੀ ਨਹੀਂ ਜਿਹੜੀ ਗਿਣਤੀ ਹੈ ਗਿਣਤੀ ਨਾ ਕਰੀ ਚੱਲੋ ਜਦੋਂ ਤੱਕ ਬੰਦੇ ਕ੍ਰੀਏਟਿਵ ਨਹੀਂ ਹੋਣਗੇ ਉਹ ਫਰਸਟ੍ਰੇਟ ਹੋਣਗੇ ਸਮਾਜਾਂ ਨੂੰ ਕ੍ਰੀਏਟਿਵ ਬਣਾਉਣਾ ਪਊਗਾ ਕ੍ਰੀਏਟੀਵਿਟੀ ਦਾ ਹਰ ਬੰਦੇ ਦਾ ਲੈਵਲ ਹੈ ਹਰ ਬੰਦੇ ਦੀ ਸਮਰੱਥਾ ਹਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਕੋਈ ਜ਼ਿਆਦਾ ਕ੍ਰੀਏਟਿਵ ਹੋਊਗਾ ਕੋਈ ਘੱਟ ਕ੍ਰੀਏਟਿਵ ਹੋਊਗਾ ਸੋਸਾਇਟੀ ਐਈ ਹੁੰਦੀ ਹੈਗੀ ਸਾਰੇ ਕਦੇ ਇਕੁਲ ਨਹੀਂ ਹੋਣ ਲੱਗੇ ਨਾ ਕਦੇ ਮਾਈਂਡ ਇਕੁਲ ਹੋਣਗੇ ਮਾਈਂਡ ਤੇ ਕਦੇ ਇਕੁ ਭੈਣ ਭਰਾ ਹੁੰਨੇ ਆ ਸਾਡੀ ਭੈਣ ਬਿਲਕੁਲ ਡਿਫਰੈਂਟ ਤਰ੍ਹਾਂ ਦੇ ਮਾਪਿਆਂ ਤੇ ਇੱਕ ਨਹੀਂ ਜੰਮੇ ਹੁੰਨੇ ਆ ਸੁਭਾਅ ਜਮਾ ਡਿਫਰੈਂਟ ਹੁੰਦੇ ਨੇ ਇਹੀ ਕੁਦਰਤ ਹੈ ਇਹੀ ਨੇਚਰ ਆ ਤਾਂ ਉਹ ਜਿਹੜੀ ਅਪਰੋਚ ਆ ਗਈ ਉਹ ਜਿਹੜੀ ਗੱਲ ਆ ਕਿ ਕੁਦਰਤ ਦੇ ਨਾਲ ਜਿਸ ਤਰੀਕੇ ਦਾ ਰਿਸ਼ਤਾ ਮਨੁੱਖ ਦਾਗਾ ਉਹਦੇ ਚ ਜੋ ਤੱਕ ਕੋ ਕ੍ਰੀਏਟਿਵ ਕ੍ਰੀਏਟਿਵ ਕਿਵੇਂ ਹੋਊਗਾ ਵੀ ਸ਼ਾਮ ਨੂੰ ਸੰਗੀਤ ਕੋਈ ਬੰਦਾ ਤਬਲਾ ਵਜਾ ਰਿਹਾ ਹੈ ਕੋਈ ਬੰਦਾ ਸ਼ਾਮ ਨੂੰ ਮੰਨ ਲਓ ਹਾਰਮੋਨੀਅਮ ਵਜਾ ਰਿਹਾ ਹੈਗਾ ਕੋਈ ਗਿਟਾਰ ਵਜਾ ਰਿਹਾ ਹੈਗਾ ਕੋਈ ਮੰਦਰ ਜਾ ਰਿਹਾ ਹੈਗਾ ਕਿਤੇ ਕਿਸੇ ਐਕਟੀਵਿਟੀ ਚ ਕੋਈ ਮਸਜਿਦ ਜਾ ਰਿਹਾਗਾ ਕੋਈ ਗਿਰਜਾ ਘਰ ਜਾ ਰਿਹਾਗਾ ਅੰਗੇਜ ਕਰ ਰਹੇ ਹੋ ਤੁਸੀਂ ਤੁਹਾਡੀ ਸੋਸਾਇਟੀ ਤੁਹਾਡੀ ਸਟੇਟ ਉਹਨੂੰ ਅੰਗੇਜ ਕਰਕੇ ਰੱਖਦੀ ਆ ਉਹਨਾਂ ਨੌਜਵਾਨਾਂ ਜਿਨ੍ਹਾਂ ਚ ਇੰਨੀ એનર્ਜੀ ਹੈ ਉਹਨਾਂ ਨੂੰ ਪੋਲਿਟਿਸ਼ੀਅਨ ਵਰਤਦੇ ਨੇ ਉਹਨਾਂ ਨੂੰ ਇਹ ਸਾਰਾ ਕੁਝ ਗੈਂਗਸਟਰ ਫਾਰਮ ਵਿੱਚ ਵੀ ਉਸ ਗੱਲ ਨੂੰ ਬਕਾਇਦਾ ਤੌਰ ਦੇ ਉੱਤੇ ਸਮਝਣਾ ਪਊਗਾ ਕਿ ਇੱਕ ਅਪਰੋਚ ਬਦਲਣੀ ਪਊਗੀ ਅਸੀਂ ਉਹਨਾਂ ਮੁੰਡਿਆਂ ਨੂੰ ਗਰਾਊਂਡਾਂ 'ਚ ਲੈ ਜਾਈਏ ਅਸੀਂ ਉਹਨਾਂ ਮੁੰਡਿਆਂ ਨੂੰ ਧਾਰਮਿਕ ਥਾਵਾਂ ਤੇ ਲੈ ਕੇ ਜਾਈਏ ਸਮਾਜਿਕ ਥਾਵਾਂ ਤੇ ਲੈ ਕੇ ਜਾਈਏ ਅੰਗੇਜ ਰੱਖੀਓ ਉਹਨਾਂ ਮੁੰਡਿਆਂ ਨੂੰ ਅੰਗੇਜ ਹੋਣ ਉਹ ਤਾਂ ਹੀ ਉਹ ਜਾ ਕੇ ਜੇ ਕਿਤੇ ਵੀ ਆ ਹੋਰ ਤਾਂ ਵੱਡਾ ਫੀਨੋਮੈਨਾ ਹੈ ਜਿਵੇਂ ਕਹਿਣਾਗਾ ਕਿ ਜਿਹੜੇ ਉੱਥੇ ਜਾ ਕੇ ਬਣੇ ਨੇ ਇਕਨੋਮਿਕ ਕਾਰਨ ਥੋੜੀ ਆ ਕੈਨੇਡਾ ਚ ਜਾ ਕੇ ਵੀ ਗੈਂਗਸਟਰ ਬਣਦੇ ਨੇ ਮੁੰਡੇ ਸਾਡੇ ਖਬਰਾਂ ਨਹੀਂ ਗਈਆਂ ਸਾਡੇ ਕੋਲੇ ਆ ਹੁਣ ਡਰੱਗ ਦੇ ਅੰਦਰ ਫੜੇ ਗਏ ਨੇ ਇਧਰ ਨੂੰ ਡਰੱਗ ਤੇ ਗੈਂਗ ਦਾ ਧੰਦਾ ਜੁੜਿਆ ਹੋਇਆ ਅਸਲ ਚ ਕੈਨੇਡਾ ਮੈਕਸੀਕੋ ਤੋਂ ਲੈ ਕੇ ਦੇਖ ਲੋ ਡਰੱਗ ਤੇ ਗੈਂਗਸਟਰ ਜੜੇ ਜੁੜੇ ਹੋਏ ਨੇ ਇਹ 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 ਗੱਲ ਨੂੰ ਸਮਝਣ ਦੀ ਲੋੜ ਆ ਕਿ ਉਹਨਾਂ ਮੁੰਡਿਆਂ ਦੇ ਲਈ ਤੁਹਾਨੂੰ ਉਹਨਾਂ ਦੀ એનર્ਜੀ ਚੈਨਲਾਈਜ਼ ਕਰਨ ਦੇ ਲਈ 네ਗੇਟਿਵ એનર્ਜੀ ਪੈਦਾ ਨਾ ਹੋਵੇ ਉਹ એનર્ਜੀ ਨੂੰ ਪੋਜ਼ਿਟਿਵ ਹੀ ਕਿ ਗਰਾਉਂਡ ਬਣਾਓ ਮੁੰਡਿਆਂ ਦੀ એનર્ਜੀ ਗਰਾਉਂਡ ਚ ਲਵਾਓ ਚੰਗੇ ਸਪੋਰਟਸਮੈਨ ਪੈਦਾ ਹੋਣਗੇ ਜਦੋਂ ਜਦੋਂ ਚੰਗੇ ਕਿਸੇ ਤੁਸੀਂ ਇੰਗੇਜ ਕਰ ਲਓਗੇ ਉਹਨੂੰ ਕੋਈ ਲਿਟਰੇਚਰ ਚ ਇੰਗੇਜ ਹੋ ਸਕਦਾ ਹੈ ਕੋਈ ਕਵਤਾਵਾਂ ਲਿਖਣ ਲੱਗ ਸਕਦਾ ਕੋਈ ਲਿਟਰੇਚਰ ਲਿਖਣ ਲੱਗ ਸਕਦਾ ਕੋਈ ਕੁਝ ਕਰਨ ਲੱਗ ਸਕਦਾ ਕੋਈ ਕੁਝ ਕਰਨ ਲੱਗ ਸਕਦਾ ਜੋ ਵੀ ਜੋ ਕਰਨ ਲੱਗੇਗਾ ਉਹਦੇ ਨਾਲ ਉਹ ਇੰਗੇਜ ਹੋਏਗਾ ਉਦੋਂ ਹੀ ਫਿਰ ਮਸਲਿਆਂ ਦੇ ਹੱਲ ਹੋਣਗੇ ਨਹੀਂ ਤਾਂ ਫਿਰ ਮੈਂ ਉਹੀ ਕਹਿ ਰਿਹਾ ਮੁਕਾਬਲੇ ਕਦੇ ਮਸਲਿਆਂ ਦੇ ਹੱਲ ਨਹੀਂ ਹੋ ਸਕਦੇ ਮੁਕਾਬਲਾ ਕਦੇ ਮਸਲਿਆਂ ਦਾ ਹੱਲ ਨਹੀਂ ਹੋਗਾ ਜਿਹੜੇ ਮੁਕਾਬਲੇ ਆ ਨਾ ਜਿਹੜੇ ਇਨਕਾਉਂਟਰ ਨੇ ਇਨਕਾਉਂਟਰ ਕਦੇ ਮਸਲੇ ਦਾ ਹੱਲ ਨਹੀਂ ਹੋਣਗੇ ਕ੍ਰਾਈਮਨਲ ਖਤਮ ਨਾ ਕਰੋ ਕ੍ਰਾਈਮ ਖਤਮ ਕਰਨ ਦੀ ਇੱਕ ਅਪਰੋਚ ਤੱਕ ਪੁਲਿਸ ਚ ਨਹੀਂ ਹੋਏਗੀ ਉਦੋਂ ਤੱਕ ਇਹ ਮਸਲੇ ਨਹੀਂ ਹੱਲ ਹੋਣਗੇ ਉਹਨਾਂ ਮੁੰਡਿਆਂ ਦੀ એનર્ਜੀ ਚੈਨਲਾਈਜ਼ ਕਰੋ ਉਹ ਮੁੰਡੇ ਪੰਜਾਬ ਦੀ ਮੁੰਡੇ ਨੇ ਸਾਰੇ ਜਾਣਦੇ ਨੇ ਹਿੰਦੂਆਂ ਦੇ ਵੀ ਨੇ ਸਿੱਖਾਂ ਦੇ ਵੀ ਨੇ ਮੁਸਲਮਾਨਾਂ ਦੇ ਵੀ ਨੇ ਸਾਰੇ ਧਰਮਾਂ ਚੋਂ ਨੇ ਉਹ ਸਾਰੀਆਂ ਜਾਤਾਂ ਚੋਂ ਨੇ ਪੈਦਮ ਪੰਜਾਬ ਦੇ ਮੁੰਡੇ ਨੇ ਉਹ ਉੱਚ ਜ਼ਿਆਦਾ ਕਿਸੇ ਇੱਕ ਧਰਮ ਦੇ ਹੋ ਸਕਦੇ ਇੱਕ ਉਹਦੇ ਹੋ ਸਕਦੇ ਪਰ ਜਿਹਦੀ ਬਹੁ ਗਿਣਤੀ ਜ਼ਿਆਦਾ ਪਰ ਮਸਲਾ ਇਹ ਹੈਗਾ ਕਿ ਇਹਦੇ ਉੱਤੇ ਇੱਕ ਵੱਡੀ ਅਪਰੋਚ ਸਟੇਟ ਨੂੰ ਲੈ ਕੇ ਚੱਲਣੀ ਪਊ ਤਾਂ ਹੀ ਇਹ ਮਸਲਾ ਹੱਲ ਹੋ ਸਕਦਾ ਤਾਂ ਹੀ ਸਾਡਾ ਪੰਜਾਬ ਬਿਹਤਰ ਹੋਏਗਾ ਤਾਂ ਹੀ ਅਸੀਂ ਸ਼ਾਂਤੀ ਨਾਲ ਪਿਆਰ ਨਾਲ ਭਾਈਚਾਰੇ ਨਾਲ ਭਾਵਨਾ ਨਾਲ ਰਹਾਂਗੇ ਤਾਂ ਹੀ ਸਾਰੇ ਖੁਸ਼ ਰਹਿਾਂਗੇ ਤਾਂ ਪੰਜਾਬ ਦੇ ਵਿੱਚੋਂ ਗੈਂਗਸਟਰਾਂ ਨੂੰ ਗੈਂਗਸਟਰਵਾਦ ਦੀ ਦੁਨੀਆ ਤੋਂ ਮੋੜਨ ਦੇ ਲਈ ਸਰਕਾਰਾਂ ਨੂੰ ਮਾਪਿਆਂ ਨੂੰ ਸਮਾਜ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਕਿ ਜੋ ਚੰਗੇ ਮੁੰਡੇ ਨੇ ਜੋ ਚੰਗੇ ਖਿਡਾਰੀ ਨੇ ਉਹ ਇਸ ਦੁਨੀਆ ਦੇ ਵਿੱਚ ਨਾ ਜਾਣ